ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਾਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗ ਆਇਓ। ਆਦਿ ਕਰੋ ਗੁਰਦੇਵ ਕਉ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ, ਜਾਉਂ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰੱਖ ਹੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧਲਖ ਹੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਾਰਗ ਮਹੱਲਾ ਚੌਥਾ, ਪੜਤਾਲ ਜਪਮਨ ਗੋਬਿੰਦ, ਹਰ ਗੋਬਿੰਦ ਗੁਣੀ ਨਿਧਾਨ। ਸਭ ਸਿਸ਼ਟ ਕਾ ਪ੍ਰਭੋ, ਮੇਰੇ ਮਨ ਹਰ ਬੋਲ, ਹਰ ਪੁਰਖ ਅਵਿਨਾਸੀ। ਜਪ ਮਨ ਗੋਬਿੰਦ, ਹਰ ਗੋਬਿੰਦ ਗੁਣੀ ਨਿਧਾਨ। ਸਭ ਸਿਸ਼ਟ ਕਾ ਪ੍ਰਭੋ, ਮੇਰੇ ਮਨ ਹਰ ਬੋਲ, ਹਰ ਪੁਰਖ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਚੱਲ ਰਹੇ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਹੋਏ,
ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ, ਔਰ ਚੱਲ ਰਹੀ ਜੋ ਲੜੀ ਵਾਰ ਸਾਰੰਗ ਰਾਗ ਵਿੱਚੋਂ 1202 ਜਾਂ 3 ਅੰਗ 'ਤੇ ਵਿਚਾਰ ਚੱਲ ਰਹੀ ਹੈ। ਸਰਵਣ ਕਰਨ ਲਈ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ, ਔਰ ਸਮੇਂ ਦੇ ਅਨੁਸਾਰ ਜੋ ਤਿਉਹਾਰ ਆਉਂਦੇ ਹਨ, ਹੋਲੇ ਦਾ ਤਿਉਹਾਰ ਜੋ ਆਰੰਭ ਹੋ ਚੁੱਕਿਆ ਹੈ, ਪਹਿਲਾਂ 20, 21 ਅਤੇ 22 ਸ਼੍ਰੀ ਕੀਰਤਪੁਰ ਸਾਹਿਬ ਵਿਖੇ, ਅਤੇ ਫਿਰ 22, 23, 24, 25, 26 ਉੱਧਰੋਂ ਸੰਗਤਾਂ ਫਿਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਸਤੇ ਵਿੱਚ ਆਉਣ ਵਾਲੇ ਸਾਰੇ ਗੁਰਸਥਾਨਾਂ ਦੀ ਯਾਤਰਾ ਕਰਦੀਆਂ ਹੋਈਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਏ ਅਸਥਾਨ ਖਾਲਸੇ ਪੰਥ ਦੀ ਜੋ ਜਨਮ ਭੂਮੀ, ਸਾਲ ਪਿੱਛੋਂ ਹੋਲੇ ਮਹੱਲੇ ਦਾ ਤਿਉਹਾਰ ਮਨਾਉਣ ਵਾਸਤੇ ਸੇਵਾ ਵਾਲੀਆਂ ਸੰਗਤਾਂ ਆਪਣੇ ਵਿਚਾਰਾਂ ਮੁਤਾਬਕ, ਪ੍ਰਬੰਧਕ ਔਰ ਦੂਜੀਆਂ ਦਰਸ਼ਨ ਵਾਲੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਪਹੁੰਚ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਅਸਥਾਨਾਂ ਦੀ ਯਾਤਰਾ ਔਰ ਗੁਰੂ ਕੇ ਲਾਹੌਰ, ਬਗੌਰ ਸਾਹਿਬ ਔਰ ਤਥਾ ਹੋਰ ਵੀ ਇੰਨੇ ਸੰਬੰਧਿਤ ਅਸਥਾਨ ਆ, ਯਾਤਰਾ ਕਰਕੇ, ਸੇਵਾ ਕਰਕੇ ਲਾਹਾ ਲੈਂਦੀਆਂ ਹਨ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਧਰੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਵੱਲੋਂ ਕੋਈ ਸੰਗਤਾਂ ਸਿੱਧੀਆਂ GT ਰੋਡ ਰਾਹੀਂ ਸ਼੍ਰੀ ਅਨੰਦਪੁਰ ਪਹੁੰਚਦੀਆਂ, ਕੁਝ ਸੰਗਤਾਂ ਖਡੂਰ ਸਾਹਿਬ, ਸ਼੍ਰੀ ਗੋਇੰਦਵਾਲ ਸਾਹਿਬ ਔਰ ਸੁਲਤਾਨਪੁਰ ਲੋਧੀ ਮਹਾਰਾਜ ਦੇ ਡੱਲਾ ਸਾਹਿਬ ਅਸਥਾਨਾਂ ਦੀ ਯਾਤਰਾ ਕਰਕੇ, ਅਤੇ ਉੱਪਰ ਮਹਿਦੀਆਣਾ ਸਾਹਿਬ, ਰਾਏਕੋਟ, ਉੱਧਰੋਂ ਫਿਰ ਮਾਛੀਵਾੜਾ, ਝਾੜ ਸਾਹਿਬ, ਚਮਕੌਰ ਸਾਹਿਬ ਅਤੇ ਭੱਠਾ ਸਾਹਿਬ, ਸਦਾਵਰਤ ਔਰ ਸ਼੍ਰੀ ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਇਸ ਤਰ੍ਹਾਂ ਵੀ ਰੂਟ ਬਣਾ ਕੇ ਕਈ ਸੰਗਤਾਂ ਇਉਂ ਜਾਂਦੀਆਂ ਹਨ। ਸਾਰੀ ਸੰਗਤ ਨੂੰ ਭਾਈ ਜੀ ਆਇਆਂ, ਗੁਰੂ ਮਹਾਰਾਜ ਸਾਹਿਬ ਦੀ ਯਾਤਰਾ ਸਫਲ ਕਰਨ। ਸੋ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਉਹ ਤਿਉਹਾਰ ਦਾ ਆਰੰਭ ਕਿਵੇਂ ਹੋਇਆ? ਪੁਰਾਣੀ ਜਿਹੜੀ ਕਥਾ ਪੁਰਾਣਕ ਆ ਕਿ ਹਰਨਕਸ਼ਪ ਅਤੇ ਹਰਨਾਕਸ਼ ਦੋ ਭਰਾ ਸੀ, ਇਹਨਾਂ ਦੇ ਘਰ 'ਚ ਪ੍ਰਹਿਲਾਦ ਆਇਆ, ਉਹ ਪਰਮੇਸ਼ਰ ਦਾ ਭਗਤ ਸੀ।
ਉਹਨੇ ਵੀ ਬ੍ਰਹਮਾ ਜਾਂ ਸ਼ਿਵ ਜੀ ਦੀ ਤਪੱਸਿਆ ਕਰਕੇ ਵਰ ਵਗੈਰਾ ਲਏ ਹੋਏ ਸੀ। ਅਤੇ ਮਹਾਰਾਜ ਕਹਿੰਦੇ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਿੰਨ ਆਪਣ ਰਾਹ ਚਲਾਇਓ। ਜਿਹਨੂੰ ਕੋਈ ਸੱਤਾ ਮਿਲ ਗਈ ਉਹਨੇ ਆਪੋ ਆਪਣੇ ਰਾਹ ਤੋਰ ਲਏ। ਕਈ ਆਸਤਕ ਮੱਤ ਵਾਲੇ ਵੀ ਹੈ, ਕਈ ਨਾਸਤਕ ਮੱਤ ਵਾਲੇ ਵੀ ਹੈ। ਨਾਸਤਕਾਂ ਨੇ ਆਪਣਾ ਰਾਹ ਚਲਾਇਆ ਵੀ ਰੱਬ ਕੋਈ ਨਹੀਂ, ਖਾਓ ਪੀਓ ਮੌਜ ਅੜਾਓ ਸਭ ਕੁਛ, ਅਸੀਂ ਆਪ ਹੀ ਆਪ ਹਾਂ, ਆਪਣੇ ਆਪ ਨੂੰ ਬ੍ਰਹਮ ਮੰਨ ਕੇ ਬਹਿ ਗਏ। ਜਿਹੜੇ ਆਸਤਕ ਸੀ ਉਹਨਾਂ ਦੀਆਂ ਭਾਵਨਾ ਕੋਈ ਦੇਵ ਪੂਜਾ, ਕੋਈ ਪਿੱਤਰ ਪੂਜਾ, ਕੋਈ ਅਵਤਾਰਾਂ ਦੀ ਪੂਜਾ, ਕੋਈ ਨਿਰੰਕਾਰ ਪਰਮੇਸ਼ਰ ਦੀ ਪੂਜਾ, ਇਸ ਤਰ੍ਹਾਂ ਦਾ ਵਿਚਾਰ ਚੱਲਦਾ ਰਿਹਾ। ਇਸ ਪ੍ਰਕਾਰ ਫਿਰ ਪ੍ਰਹਲਾਦ ਦੇ ਉੱਤੇ ਕਾਫੀ ਉਹ ਜ਼ੁਲਮ ਕਰਦੇ ਸੀ ਕਿ ਤੂੰ ਪਰਮੇਸ਼ਰ ਦਾ ਨਾਂ ਨਾ ਜਪ, ਸਾਡਾ ਹੀ ਨਾਂ ਜਪ ਜਪਾ, ਅਤੇ ਸਾਡੀ ਅੰਸ ਹੋ ਕੇ ਤੂੰ ਫਿਰ ਵਿਸ਼ਨੂੰ ਭਗਤੀ ਕਰ ਰਿਹਾ। ਉਹ ਕਹਿੰਦੇ ਵੀ ਭਗਤੀ ਤਾਂ ਪਰਮੇਸ਼ਰ ਦੀ ਠੀਕ ਹੁੰਦੀ ਹੈ, ਠੀਕ ਹੈ ਮਾਤਾ ਪਿਤਾ ਦੀ ਸੇਵਾ ਕਰਨਾ, ਉਹ ਵੀ ਸਥਾਨ ਆ, ਪਰ ਜੇ ਮਾਤਾ ਪਿਤਾ ਗਲਤ ਰਸਤੇ ਤੁਰਨ, ਗਲਤ ਰਸਤੇ ਤੁਰਨ, ਉਸ ਰਸਤੇ ਮੈਂ ਨਹੀਂ ਤੁਰਾਂਗਾ। ਇਹ ਨਹੀਂ ਵੀ ਆਪਣੀ ਹਿੰਡ ਪਕਾਉਣ ਵਾਸਤੇ, ਭਾਈ ਗੁਰਦਾਸ ਸਾਹਿਬ ਨੇ ਵੀ ਪੌੜੀ ਲਿਖੀ ਹੈ, ਵਿਸ਼ਨੂੰ ਪੁਰਾਣ 'ਚ ਵੀ ਹੈ, ਭਾਗਵਤ ਪੁਰਾਣ 'ਚ ਵੀ ਹੈ, ਗੁਰੂ ਗ੍ਰੰਥ ਸਾਹਿਬ 'ਚ ਵੀ ਦ੍ਰਿਸ਼ਟਾਂਤ ਹੈਗੇ ਆ, ਇਤਿਹਾਸਾਂ 'ਚ ਵੀ ਹੈ। ਜਲ ਅਗਨੀ ਵਿੱਚ ਕੱਤਿਆ ਜਲਿਨ ਡੁੱਬੈ ਗੁਰਪ੍ਰਸਾਦ, ਜਲ 'ਚ ਡੁੱਬਣ ਵਾਸਤੇ, ਅੱਗ 'ਚ ਸਾੜਨ ਲਈ ਹੋਰ ਵੀ ਕਈ ਤਰ੍ਹਾਂ ਦੇ ਉਪਾਅ, ਸ਼ੇਰਾਂ ਮੂਹਰੇ ਸੁੱਟਣਾ, ਸੱਪਾਂ ਠੂਹਿਆਂ ਦੇ ਕਮਰਿਆਂ 'ਚ ਬੰਦ ਕਰਨਾ, ਔਰ ਇਸੇ ਤਰ੍ਹਾਂ ਤਤਿਆਂ ਥੰਮਾਂ ਨਾ ਲਾਉਣਾ, ਬਹੁਤ ਤਰ੍ਹਾਂ ਤਕਲੀਫਾਂ ਦਿੱਤੀਆਂ ਵੀ ਕਿਸੇ ਤਰ੍ਹਾਂ ਇਹ ਰਾਮ ਕਹਿਣ ਕੀ ਛੋੜ ਬਾਣ, ਜਿਹੜੀ ਇਹਨੂੰ ਰਾਮ ਰਾਮ ਕਹਿਣ ਦੀ ਬਾਣ ਆਦਤ ਪਈ ਹੈ ਨਾ, ਉਹ ਛੱਡ ਦੇਵੇ। ਉਹ ਕਹਿੰਦਾ ਵੀ ਬੁਰਾ ਆਦਮੀ ਬੁਰੀ ਆਦਤ ਨਹੀਂ ਛੱਡਦਾ, ਮੈਂ ਚੰਗੀ ਕਿਉਂ ਛੱਡਦਾ, ਮੇਰਾ ਕੋਈ ਰਸਤਾ ਗਲਤ ਤਾਂ ਹੈ ਨਹੀਂ, ਔਰ ਬਿਲਕੁਲ ਨਰੋਲ ਸਹੀ ਰਸਤਾ ਹੈ, ਔਰ ਇਹ ਰਸਤਾ ਹੀ ਮਾਤ ਲੋਕ ਤੋਂ ਸੱਚਖੰਡ ਜਾਣ ਲਈ ਪਵਿੱਤਰ ਰਸਤਾ ਹੈ। ਯਤਨ ਸਾਰੇ ਕੀਤੇ ਪਰ ਸਾਰੇ ਉਹਨਾਂ ਦੇ ਯਤਨ ਅਸਫਲ ਹੋਏ। ਇਹਨਾਂ ਦੀ ਫਿਰ ਭੈਣ ਸੀ ਹੋਲਕਾ, ਹੁਣ ਅੱਗ ਦੇਵਤੇ ਦਾ ਮੰਤਰ ਸਿੱਧ ਕਰਕੇ ਅਗਨੀ ਪਰੂਫ ਵਸਤਰ ਲਿਆ ਹੋਇਆ ਸੀ, ਜਿਵੇਂ ਕਈ ਚੀਜ਼ਾਂ ਵਾਟਰ ਪਰੂਫ ਹੁੰਦੀਆਂ, ਉਹ ਲੈ ਕੇ ਅੱਗ 'ਚ ਬਹਿ ਜਾਓ ਅਤੇ ਅੱਗ ਸੜਦੀ ਨਹੀਂ। ਉਹ ਕਹਿਣ ਲੱਗੇ ਵੀ ਤੁਸੀਂ ਤਾਂ ਉਪਾਅ ਕਰ ਲੈ, ਮੈਨੂੰ ਵੀ ਆਪਣਾ ਉਪਾਅ ਕਰ ਲੈਂਦੇ ਹੋ। ਅੱਗ ਦਾ ਬੜਾ ਸਾਰਾ ਭਾਂਬੜ ਬਾਲ ਕੇ ਨਾ, ਇਹ ਹੁਣ ਬੱਚਾ ਸੀ ਨਿਆਣਾ ਅਤੇ ਡਰਾਉਂਦੀ ਹੈ, ਪਰ ਨਿਰਭਉ ਬਾਲਕ ਮੂਲ ਨਾ ਡਰੇ, ਮੇਰੇ ਅੰਤਰ ਗੁਰ
ਗੁਰੂ ਦਾ ਉਪਦੇਸ਼ ਵੀ ਹੈ ਅਤੇ ਗੋਪਾਲ ਦਾ ਨਾਮ ਵੀ ਹੈਗਾ। ਉਹ ਨਿਰਭਉ ਹੋ ਗਿਆ ਨਾ, ਬਾਣੀ ਕਹਿੰਦੀ ਨਾ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕਿਨੋ ਦਾਨ। ਮੂਲ ਮੰਤਰ 'ਚ ਅੱਖਰ ਆਉਂਦੇ ਹਨ, ਜਿੰਨੇ ਵੀ ਗੁਣ ਫਿੱਟ ਕੀਤੇ, ਨਿਰਭਉ ਆ, ਨਿਰਵੈਰ ਆ, ਜਿਹੜਾ ਮੂਲ ਮੰਤਰ ਪੜ੍ਹਦਾ ਉਹਦੇ 'ਚ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਹੁਣ ਇਹਨੇ ਦੇਖਿਆ ਵੀ ਅੱਗ ਤੋਂ ਡਰੇ ਹੋ, ਅੱਗ ਮੂਹਰੇ ਕਰਦੀ, ਉਹ ਪਰਮੇਸ਼ੁਰ ਦੀ ਲੀਲਾ ਐਸੀ ਆ ਕਿ ਹਵਾ ਬੰਬ ਰੋਲਾ ਜਿਹਾ ਐਸਾ ਆਇਆ, ਜਿਵੇਂ ਅੱਜ ਵੀ ਸਵੇਰੇ ਚੱਲ ਪਏ ਸੀ, ਉਹ ਚਾਦਰ ਉੱਤੋਂ ਲਾ ਕੇ ਪ੍ਰਹਲਾਦ 'ਤੇ ਪਾਤੀ ਅਤੇ ਅੱਗ ਦੀ ਜਿਹੜੀਆਂ ਲਾਟਾਂ ਸੀਆਂ ਉਹਦੀ ਲਪੇਟ ਵਿੱਚ ਹੋਲੀ ਜਿਹੜੀ ਸੀ ਹੋਲਕਾ, ਉਹ ਸੜ ਕੇ ਸੁਆਹ ਹੋ ਗਈ। ਉਹ ਰਾਕਸ਼ਣੀ ਦੈਂਤਣੀ ਦੇ ਮਰਨ ਦੇਵਤਿਆਂ ਨੇ ਖੁਸ਼ੀ ਮਨਾਈ, ਜੱਗ ਹਵਨ ਕੀਤਾ। ਉਹ ਰੱਖਿਆ ਹੋਈ ਪ੍ਰਹਲਾਦ ਦੀ, ਫਿਰ ਉਹਨਾਂ ਤਿਲ ਪਾ ਲਿਆ, ਵਿੱਚ ਗੁੜ ਪਾ ਲਿਆ, ਅੱਗ ਦੇ ਉੱਤੇ ਮੰਤਰ ਪੜ੍ਹ ਕੇ ਜਾਪ ਕਰਦੇ ਰਹੇ, ਅਤੇ ਉਹ ਫਿਰ ਤਲੋਰੀ ਤਿਲਾਂ ਦੁਆਰਾ ਹਵਨ ਕੀਤਾ ਸੀ ਨਾ, ਅਤੇ ਵਿਗੜਦਾ ਵਧਾਉਣ ਗਿਆ ਲੋਹੜੀ, ਵੀ ਜਿਵੇਂ ਪ੍ਰਹਲਾਦ ਦੀ ਮਾਰਨ ਰੱਖਿਆ ਕੀਤੀ ਹੈ, ਅਤੇ ਅਸੀਂ ਵੀ ਇਸ ਦਿਨ ਦੇ ਉੱਤੇ ਕੋਈ ਪੁੰਨ ਦਾਨ ਕਰਾਂਗੇ ਅਤੇ ਸਾਡੇ ਬੱਚਿਆਂ ਦੀ ਰੱਖਿਆ ਹੋਏਗੀ। ਉਹ ਲੋਹੜੀ ਵਾਲੇ ਦਿਨ ਲੋਕ ਕੋਈ ਬੱਕਲੀਆਂ ਜਾਂ ਵੰਡਦੇ ਆ, ਕੋਈ ਹੋਰ ਕਰਦੇ ਆ, ਨਵੇਂ ਜਿਵੇਂ ਬੱਚਿਆਂ ਦਾ ਇਸ ਤਰ੍ਹਾਂ ਦਾ ਉਹ ਅੱਜ ਵੀ ਰਿਵਾਜ਼ ਆਮ ਲੋਕਾਂ ਵਿੱਚ ਹੈਗਾ। ਉਹ ਫਿਰ ਜਿਹੜੀ ਹੋਲਕਾ ਸੜ ਗਈ ਸੀ ਨਾ, ਉਹਨਾਂ ਨੇ ਤਾਂ ਜੱਗ ਹਵਨ ਧੂਪ ਦੀਪ ਪੂਜਾ ਪ੍ਰਤਿਸ਼ਠਾ ਕੀਤੀ, ਧੂਪ ਦਿਖਾਏ ਕਿ ਜਿਵੇਂ ਉਹਦਾ ਸੁੰਭ ਕੋ ਘਾਏ ਵੱਡੋ ਜਸ ਪਾਇਓ, ਉਹ ਦੈਂਤਾਂ ਦੇ ਮਰਨ ਦੇਵਤਿਆਂ ਨੂੰ ਦੁੱਖ ਦਿੰਦੇ ਸੀ। ਫਿਰ ਉਹ ਜਿਹੜਾ ਤਿਉਹਾਰ ਸੀ ਨਾ, ਉਦੋਂ ਤਾਂ ਸੀ ਜਿਵੇਂ ਦੇਵਤਿਆਂ ਦੀ ਦੈਂਤਾਂ 'ਤੇ ਜਿੱਤ ਹੋਈ, ਅਤੇ ਫਿਰ ਉਹ ਰਿਵਾਜ਼ ਉਲਟਦਾ ਉਲਟਦਾ, ਅਤੇ ਪਹਿਲਾਂ ਤਾਂ ਕੋਈ ਸੁਗੰਧੀ ਵਾਲੀਆਂ ਚੀਜ਼ਾਂ ਛਿੜਕਣ ਦਾ ਸੀ ਜਿੱਥੇ ਕੋਈ ਸਤਸੰਗਤ ਹੋਵੇ, ਫਿਰ ਉਹ ਮੂਰਖਾਂ ਦੇ ਹੱਥ ਕੋਈ ਚੀਜ਼ ਆ ਜਾਏ ਨਾ, ਉਹ ਚੰਗੀ ਚੀਜ਼ ਦਾ ਵੀ ਬੁਰਾ ਬਦਲ ਕਰ ਦਿੰਦੇ ਆ। ਜਿਵੇਂ ਪਾਣੀ ਸ਼ੋਧਿਆ, ਜਿਹੜਾ ਸਿਆਣਾ ਬੰਦਾ ਉਹ ਤਾਂ ਪਿਆਓ ਲਾਏਗਾ, ਕੋਈ ਛਬੀਲ ਲਾਏਗਾ, ਜਿਹੜੇ ਉਹ ਜਿਹਾ ਉਹ ਪਾਣੀ ਨੂੰ ਵਿਗਾੜ ਕੇ ਸ਼ਰਾਬ ਬਣਾ ਕੇ ਫਿਰ ਮਹਿਫਲਾਂ ਵਿੱਚ ਉਹ ਪਿਆਲੀ ਚੱਲਦੀ ਹੈ। ਹੈਗਾ ਤਾਂ ਪਾਣੀ ਉਹ ਹੀ ਸੀ ਨਾ, ਉਹ ਹੁਣ ਮਿੱਟੀ ਹੈ, ਉਹਦਾ ਘੜਾ ਬਣਾ ਕੇ ਜਲ ਢੋਣਾ ਜਾਂ ਹੋਰ ਸੇਵਾ ਪਰਪਕਾਰ, ਉਸੇ ਮਿੱਟੀ ਦੀ ਉਹ ਜਿਹੜੇ ਮਨਮੁੱਖ ਹੈ ਚਿਲਮ ਬਣਾ ਕੇ ਤੰਬਾਕੂ ਪੀਂਦੇ ਆ, ਮਿੱਟੀ ਉਹ ਹੀ ਹੈ, ਪੁੱਠੇ ਪਾਸੇ ਵਰਤ ਲਏ ਨਾ। ਸਿਆਣੇ ਬੰਦੇ ਕਿਹਨੂੰ ਦੁੱਧ ਪਿਲਾਉਣਗੇ, ਮੋਤੀ ਮਹਿਰੇ ਵਰਗੇ ਸੇਵਾ ਕਰਨਗੇ, ਜਿਹੜੇ ਮਨਮੁੱਖ ਹੈ ਵਿੱਚ ਜ਼ਹਿਰ ਪਾ ਕੇ ਦੂਏ ਦੇ ਜੀਵਨ ਦੀ ਲੀਲਾ ਖਤਮ ਕਰਨਗੇ। ਦੋਹਾਂ ਪੱਖਾਂ ਦੇ ਲੋਕ ਹੈਗੇ ਆ,
ਉਹ ਫਿਰ ਤਿਉਹਾਰ ਜਿਹੜਾ ਸੀ ਵਿਗੜ ਗਿਆ। ਪਹਿਲਾਂ ਤਾਂ ਭਾਈ ਨੰਦ ਲਾਲ ਨੇ ਵੀ ਲਿਖਿਆ, ਤਰਫ ਲੇਲ ਗੁਲੇਲ ਗੁਲਾਲ ਛਿੜਕਦੇ ਸੀ, ਜਿੱਥੇ ਸੰਗਤ ਹੁੰਦੀ ਸੀ। ਫਿਰ ਉਹ ਪਿਛਕਾਰੀਆਂ ਬਣਾ ਕੇ ਜਾਂ ਬਾਲਟੀਆਂ 'ਚ ਘੋਲ ਘੋਲ ਕੇ ਇੱਕ ਦੂਜੇ 'ਤੇ ਗੰਦ ਪਾਉਣ ਲੱਗ ਪਏ। ਉਹ ਬਹੁਤ ਵਿਗੜ ਗਿਆ। ਹੁਣ ਕਿਸੇ ਦਾ ਜਵਾਈ ਆਪਣੇ ਸਹੁਰਿਆਂ ਨੂੰ ਜਾਵੇ ਸਹੁਰੇ ਘਰ, ਉਹ ਕੱਪੜੇ ਤਾਂ ਉਹੀ ਹੁੰਦੇ ਗੱਲ ਦੇ, ਉਹਦੇ 'ਤੇ ਗੰਦ ਘੋਲ ਕੇ ਪਾ ਦਿਓ, ਨਾ ਉਹ ਪਿੱਛੇ ਮੁੜਨ ਜੋਗਾ ਨਾ ਅੱਗੇ ਜੋਗਾ। ਇਹ 'ਚ ਦੱਸੋ ਉਹਦੀ ਬੇਇੱਜ਼ਤੀ ਆ ਕਿ ਇੱਜ਼ਤ ਆ ਵੀ ਅਸੀਂ ਜੀ ਹੋਲੀ ਮਨਾ ਰਹੇ ਹਾਂ, ਉਹਦਾ ਜਲੂਸ ਕੱਢਤਾ ਤੁਸੀਂ ਵਿਚਾਰੇ ਦਾ, ਜਾਂ ਕੋਈ ਹੋਰ ਬੰਦਾ ਆਪਣੇ ਕਿਸੇ ਕਾਰੋਬਾਰ ਜਾ ਰਿਹਾ, ਗੋਹਾ ਘੋਲ ਕੇ ਪਾਉਣਾ ਆ ਰੇਲਾਂ ਦੇ ਵਿੱਚ, ਰੋੜੇ ਕੰਕਰ ਵਿੱਚ ਪਾ ਕੇ ਸੁੱਟਣੇ, ਯਾਤਰੂਆਂ ਦਾ ਸਵਾਗਤ ਇਸ ਤਰ੍ਹਾਂ ਰੋੜੇ ਮਾਰਨੇ, ਜਾਂ ਗੰਦ ਘੋਲ ਕੇ ਪਾਉਣਾ, ਇਹ ਕਿੱਡੀ ਬੜੀ ਨਰਾਦਰੀ। ਉਹ ਦੇਰਾਂ ਭਰਜਾਈਆਂ ਨੇ ਇੱਕ ਦੂਜੇ 'ਤੇ ਗੰਦ ਪਾਉਣਾ, ਲੱਚਰ ਪਾਉਣਾ ਸਾਰਾ ਕਰਨਾ। ਇਹ ਜਦੋਂ ਤਿਉਹਾਰ ਵਿਗੜ ਗਿਆ, ਮਹਾਰਾਜ ਨੇ ਕਿਹਾ ਵੀ ਇਹਦਾ ਜਿਹੜਾ ਮੂਲ ਸਰੋਤ ਸੀ ਉਹ ਕਿੱਥੋਂ ਸ਼ੁਰੂ ਹੋਇਆ ਸੀ, ਉਹ ਵਿਗੜ ਕੇ ਇੱਥੇ ਤੱਕ ਪਹੁੰਚ ਗਿਆ, ਸਾਰੀਆਂ ਹੱਦਾਂ ਟੱਪ ਗਿਆ। ਫਿਰ ਮਹਾਰਾਜ ਨੇ ਤੁਸੀਂ ਹੋਲੀ ਦੀ ਜਗ੍ਹਾ ਹੋਲਾ ਸਿੰਘਨ ਬੋਲਾ ਹੈ, ਅਤੇ ਹੋਲਗੜ੍ਹ ਸਾਹਿਬ ਗੁਰਦੁਆਰਾ ਵੀ ਹੈ, ਇੱਧਰ ਮਾਤਾ ਜੀਤੋ ਜੀ ਦਾ ਸਥਾਨ ਹੈ ਜਿੱਥੇ ਮਾਤਾ ਜੀ ਸੱਚਖੰਡ ਗਏ, ਉਹਦਾ ਨਾਮ ਆ ਅਗੰਮਪੁਰ, ਪਿੰਡ ਦਾ ਨਾਮ ਵੀ ਅਗੰਮੀ ਲੀਲਾ ਮਾਤਾ ਨੇ ਕੀਤੀ ਸੀ। 125,000 ਮੂਲ ਮੰਤਰ ਦਾ ਜਾਪ ਕੀਤਾ, ਆਤਮਕ ਸਿੱਧੀ, ਸਾਰਾ ਨਕਸ਼ਾ ਦੇਖਿਆ। ਕਹਿਣ ਲੱਗੇ ਵੀ ਇਸ ਤਰ੍ਹਾਂ ਹੋਏਗਾ, ਕਹਿੰਦੇ ਹਾਂ, ਕਹਿੰਦੇ ਬਰਦਾਸ਼ਤ ਨਹੀਂ ਹੋਣਾ, ਫਿਰ ਉਹ ਸੱਚਖੰਡ ਚਲ ਗਏ। ਅਗੰਮੀ ਖੇਲ ਕਰਨ ਕਰਕੇ ਉਹਦਾ ਨਾਂ ਅਗੰਮਪੁਰਾ ਹੈ, ਅਤੇ ਵਰ ਦਿੱਤਾ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਤਾਂ ਸਫਲ ਹੋਵੇਗੀ ਮਾਤਾ ਅਜੀਤ ਕੌਰ ਦੇ ਦੇਰੇ ਦੀ ਯਾਤਰਾ ਕਰਕੇ। ਅੱਜ ਵੀ ਸੰਗਤ ਜਾਂਦੀ ਹੈ। ਫਿਰ ਹੋਲਗੜ੍ਹ ਜਿਹੜਾ ਗੁਰਦੁਆਰਾ, ਮਹਾਰਾਜ ਨੇ ਕਿਲੇ ਬਣਾਏ, ਕੇਸਗੜ੍ਹ ਆ, ਆਨੰਦਗੜ੍ਹ ਆ, ਤਾਰਾਗੜ੍ਹ ਆ, ਫਤਿਹਗੜ੍ਹ ਆ, ਲੋਹਗੜ੍ਹ ਆ, ਨਰਮੋਹਗੜ੍ਹ ਆ, ਹੋਲਗੜ੍ਹ ਆ, ਇਹ ਬਣਾਏ ਸੀ ਸਥਾਨ। ਸੈਂਟਰ ਵਿੱਚ ਕੇਸਗੜ੍ਹ ਆ ਅਤੇ ਉਹਦੇ ਦੁਆਲੇ ਇਹ ਸਾਰੇ ਚੌਂਕੀਆਂ ਰੂਪ 'ਚ ਕਿਲੇ ਬਣਾਏ ਗਏ ਸੀ, ਕਿਉਂਕਿ ਰੋਜ਼ ਦੁਸ਼ਟ ਫੌਜਾਂ ਚੜ੍ਹ ਕੇ ਆਉਂਦੀਆਂ ਸੀ, ਉਹਨਾਂ ਨੂੰ ਫਿਰ ਦੁਸ਼ਟ ਕੰਮਾਂ ਤੋਂ ਰੋਕਣ ਵਾਸਤੇ, ਕਿਉਂਕਿ ਮਹਾਰਾਜ ਦਾ ਅਵਤਾਰ ਇਵੇਂ ਹੋਇਆ ਸੀ ਨਾ। ਅਸਰ ਸੰਘਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਸੰਤਨ ਅਵਾਰ ਵੇਖੋ, ਖਾਲਸਾ ਬਣਾਇਓ ਹੈ। ਸੋ ਇਹ ਹੋਲਗੜ੍ਹ ਜਿਹੜਾ ਸਥਾਨ, ਇੱਥੇ ਹੋਲੇ ਦਾ ਤਿਉਹਾਰ ਜਿਹੜਾ ਸੀ ਇਹ ਪਾਤਸ਼ਾਹ ਨੇ ਸ਼ੁਰੂ ਕੀਤਾ, ਅਤੇ ਕਥਾ ਕੀਰਤਨ, ਘੋੜ ਸਵਾਰੀ, ਨੇਜੇਬਾਜੀ ਔਰ ਸ਼ਸਤਰ ਅਸਤਰ ਵਿੱਦਿਆ ਦਾ ਅਭਿਆਸ
ਅਤੇ ਦੋ ਮਸਨੂਈ ਫੌਜਾਂ ਤਿਆਰ ਕਰਕੇ, ਜਿਵੇਂ ਅੱਜ ਕੱਲ੍ਹ ਆਪਣੀ ਫੌਜ ਸਕੀਮ 'ਤੇ ਜਾਂਦੀ ਨਾ, ਉਹ ਉਹਨਾਂ ਦੀ ਜੰਗੀ ਮਸ਼ਕ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਫਿਰ ਉਹ ਜੰਗੀ ਮਸ਼ਕਾਂ ਕਰਾਉਂਦੇ ਸੀ। ਫਿਰ ਉਹ ਸਿੰਘ ਜਾ ਕੇ ਆਪੋ ਆਪਣੇ ਵਿੱਦਿਆ ਦੇ ਕਰਤੱਵ ਦਿਖਾਉਂਦੇ ਸੀ, ਅਤੇ ਸੁਗੰਧੀ ਵਾਲਾ ਦਰਬ ਛਿੜਕਣਾ, ਖੁੱਲ੍ਹੇ ਦੇਗਾਂ ਦੇ ਭੰਡਾਰੇ, ਲੰਗਰ ਦੀਵਾਨ ਸਜਦੇ ਸੀ, ਸੰਤ ਸਮਾਗਮ, ਕਵੀ ਦਰਬਾਰ, ਢਾਡੀ ਕੀਰਤਨ ਦਰਬਾਰ, ਔਰ ਇਸ ਤਰ੍ਹਾਂ ਸੂਰਵੀਰਾਂ ਦੇ ਸ਼ਸਤਰ ਅਸਤਰ ਵਿੱਦਿਆ ਦੇ ਅਭਿਆਸ। ਫਿਰ ਮਹਾਰਾਜ ਉਹਨਾਂ ਦਾ ਹੌਸਲਾ ਅਫਜਾਈ ਕਰਨ ਵਾਸਤੇ ਉਹਨਾਂ ਨੂੰ ਸਰੂਪੇ ਬਖਸ਼ਿਸ਼ ਕਰਦੇ ਸੀ। ਇਹ ਸੀ ਹੋਲੇ ਮਹੱਲੇ ਦਾ ਤਿਉਹਾਰ। ਹੁਣ ਵੀ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਉਹ ਪੁਰਾਣੀਆਂ ਰਵਾਇਤਾਂ ਨਾਲ ਫਿਰ ਅਰਦਾਸੇ ਸੋਧ ਕੇ ਕੇਸਗੜ੍ਹ ਤੋਂ ਮਹਾਰਾਜ ਦੇ ਆਸ਼ੀਰਵਾਦ ਲੈ ਕੇ ਚੱਲਦੇ ਆ, ਅਤੇ ਸ਼੍ਰੀ ਹੋਲਗੜ੍ਹ ਮਾਤਾ ਜੀ ਦੇ ਹਸਤੇ ਫਿਰ ਉਹ ਅੰਤਿਮ ਅਰਦਾਸ ਹੁੰਦੀ, ਆਰੰਭ ਸ਼੍ਰੀ ਕੇਸਗੜ੍ਹ ਸਾਹਿਬ ਤੋਂ। ਫਿਰ ਪਰੇ ਖੁੱਲ੍ਹੇ ਮੈਦਾਨ ਵਿੱਚ ਜਾ ਕੇ ਉਹ ਆਪਣੀ ਵਿੱਦਿਆ ਦਾ ਅਭਿਆਸ ਵਗੈਰਾ ਵੀ ਕਰਦੇ, ਉਹਨੂੰ ਮਹੱਲਾ ਖੇਡਣਾ ਕਹਿੰਦੇ ਆ। ਆਮ ਤਾਂ ਜਿਹਨਾਂ ਤੀਰਥਾਂ 'ਤੇ ਵੀ ਜਾਂਦੇ ਉੱਥੇ ਵੀ, ਪਰ ਮੁੱਖ ਜਿਹੜਾ ਉਹ ਸ਼੍ਰੀ ਅਨੰਦਪੁਰ ਸਾਹਿਬ ਆ। ਪਰ ਹੁਣ ਸਾਡਾ ਤਾਂ ਕੰਮ ਸਾਰਾ ਉਲਟ ਹੋ ਗਿਆ ਨਾ, ਗੱਡੀਆਂ ਸਵਾਰੀਆਂ, ਟਰੈਕਟਰ, ਮੋਟਰਸਾਈਕਲ, ਬੜੇ ਵੱਡੇ ਝੰਡੇ ਬੰਨੇ ਆ, ਨਾ ਅੱਗਿਓਂ ਪਤਾ ਲੱਗੇ ਨਾ ਪਿੱਛੋਂ ਵੀ ਕਿੱਧਰ ਜਾਣਾ ਕਿੱਧਰ ਮੁੜਨਾ। ਝੰਡਿਆਂ ਦਾ ਰਿਵਾਜ਼ ਬਹੁਤ ਹੋ ਗਿਆ, ਅਤੇ ਉਵੇਂ ਜੇ ਦੇਖੀਏ ਕੋਈ ਸਿੱਖੀ ਵਾਲੀ ਗੱਲ ਕੋਈ ਨਹੀਂ, ਝੰਡੇ ਆ ਅਤੇ ਸਿਰਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਹੀ ਆ, ਉੱਤੇ ਦੇਗ ਤੇਗ ਫਤਿਹ ਇਸ ਤਰ੍ਹਾਂ ਦਾ ਲਿਖਿਆ ਹੁੰਦਾ, ਕਾਰਾਂ 'ਤੇ ਵੀ ਇਹੋ ਜਿਹਾ ਲਿਖ ਲੈਂਦੇ ਆ। ਇਹ ਵਿੱਚ ਬੈਠਿਆਂ ਨੂੰ ਦੇਖੀਏ ਕੋਈ ਸਿੱਖੀ ਵਾਲੀ ਗੱਲ ਹੈ ਉਹ ਨਹੀਂ, ਵਿਰਲੇ ਵਿਰਲੇ ਆ ਗਿਆ। ਅਤੇ ਬਾਕੀ ਖੱਪ ਪਾਉਂਦਿਆਂ, ਸ਼ਰਾਰਤਾਂ ਕਰਦਿਆਂ ਜਾਂ ਸੈਲਫੀਆਂ ਲੈਂਦਿਆਂ, ਮੂੰਹ ਦੇ ਵਿੱਚ ਕੋਈ ਬਾਣੀ ਨਹੀਂ, ਕੋਈ ਨਾਮ ਨਹੀਂ, ਕੋਈ ਭਜਨ ਨਹੀਂ। ਕੁਝ ਸ਼ਰਧਾਲੂ ਸੰਗਤਾਂ ਜਿਹੜੀਆਂ ਇਸ ਢੰਗ ਨਾਲ ਜਾਂਦੀਆਂ, ਪੈਦਲ ਚੌਂਕੀਆਂ ਜਾਂਦੀਆਂ, ਉਹ ਜਾਪ ਕਰਦੇ ਜਾਂਦੇ, ਜਾਂ ਕੋਈ ਨਗਰ ਕੀਰਤਨਾਂ ਦੇ ਵਿੱਚ ਹੈ। ਬਹੁਤੀ ਦੁਨੀਆ 'ਤੇ ਇਹ ਹੈ ਵੀ ਜੋੜ ਮੇਲਾ ਨਹੀਂ, ਮੇਲੇ ਮਨਾਉਣੇ ਜਾਂਦੇ ਆ, ਉੱਥੇ ਜਾ ਕੇ ਵੀ ਜੋ ਕ੍ਰੀਤੀਆਂ ਪਿੰਡਾਂ 'ਚ ਕਰਦੇ ਉੱਥੇ ਵੀ ਉਹੋ ਜਿਹਾ ਕਰਦੇ ਆ। ਹੁਣ ਪਿਛਲੇ ਸਾਲ ਲੈ ਲਓ, ਕੋਈ ਸਿੰਘ ਕੈਨੇਡੀਓਂ ਆਇਆ ਸੀ, ਟਰੈਕਟਰਾਂ ਦੇ ਬੜੇ ਵੱਡੇ ਡੈੱਕ ਬੰਨੇ ਆ, ਬੋਲੀਆਂ ਗੰਦੇ ਗੀਤ ਲਾਏ ਹੋਏ ਆ। ਉਹ ਬੜਾ ਅੰਮ੍ਰਿਤਧਾਰੀ ਗੁਰਸਿੱਖ ਮਾਂਪੇ ਦਾ ਇਕਲੌਤਾ ਹੀ ਪੁੱਤਰ ਸੀ, ਉਹਨੂੰ ਕਿਹਾ ਵੀ ਭਾਈ ਇਹ ਮਹਾਰਾਜ ਦੀ ਯਾਤਰਾ ਕਰਨੇ, ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ, ਧੀਆਂ ਭੈਣਾਂ ਵੀ ਜਾਂਦੇ ਆ, ਪਰ ਹੁਣ ਮੂਰਖ ਲੋਕਾਂ ਨੂੰ ਸਿੱਖਿਆ ਕੌਣ ਦੇਵੇ। ਉਹਨੂੰ ਵਿਚਾਰੇ ਨੂੰ ਰਾਡਾਂ ਨਾਲ ਕੁੱਟ ਕੁੱਟ ਕੇ ਮਾਰ ਦਿੱਤਾ। ਹੁਣ ਅੱਜ ਇੰਟਰਨੈੱਟ ਦਾ ਯੁੱਗ ਆ,
ਦੱਸੋ ਵਰਲਡ ਵਿੱਚ ਕੀ ਪ੍ਰਭਾਵ ਲੈਣਗੇ ਲੋਕ। ਇਸ ਤਰ੍ਹਾਂ ਹਜ਼ੂਰ ਸਾਹਿਬ ਉੱਥੇ ਉਹ ਜਿਵੇਂ ਕਰਦੇ ਆ, ਸਿੰਘ ਨੇ ਕਿਹਾ ਉਹਦੇ ਦੁਆਲੇ ਹੋ ਗਏ ਕਤਾਰਾਂ ਭਰੀਆਂ ਜਾਣੀਆਂ ਮੇਲੇ 'ਤੇ, ਕਿਸੇ ਨੇ ਹਾਂ ਦਾ ਨਾਰੇ ਨਹੀਂ ਮਾਰਿਆ, ਕਿਸੇ ਨੇ ਉਹਨਾਂ ਨੂੰ ਛਡਾਉਣ ਦੀ ਗੱਲ ਨਹੀਂ ਕੀਤੀ, ਅਤੇ ਦੁਸ਼ਟ ਔਂਕੜੀ ਨੂੰ ਸੋਧਾ ਲਾਉਣ ਦੀ ਨਹੀਂ ਕੀਤੀ। ਵੀ ਜਾਣੀ ਜਿਵੇਂ ਲੋਕਾਂ ਵਿੱਚ ਹਿੰਮਤ ਅਤੇ ਜਾਨ ਨਹੀਂ ਰਹਿ ਗਈ, ਇੱਕ ਬੰਦੇ 'ਤੇ ਜ਼ੁਲਮ ਹੋ ਰਿਹਾ ਵੀ ਕੋਈ ਉਹਦੀ ਸਹਾਇਤਾ ਕਰ ਸਕੇ। ਇੱਥੇ ਖਾਲਸਾ ਗਊ ਗਰੀਬ ਦੀ ਰੱਖਿਆ ਵਾਸਤੇ ਬਣਾਇਆ ਸੀ, ਅਤੇ ਜੇ ਤਾਂ ਖਾਲਸੇ ਹੋ ਜਾਏ ਫਿਰ ਤਾਂ ਗੱਲ ਇਹੋ ਜਿਹੀ ਹੋ ਜਾਏ। ਉਹ ਖਾਲਸੇ ਵਾਲੀ ਗੱਲ ਛੱਡ ਦਿੱਤੀ ਸਾਰੀ। ਸੋ ਇਸ ਤਰ੍ਹਾਂ ਦਾ ਐਤਕੀ ਹੁਣ ਸਿੰਘਾਂ ਸਾਹਿਬਾਂ ਨੇ ਵੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਵੀ ਅਖਬਾਰਾਂ 'ਚ ਬਿਆਨ ਆਉਂਦੇ ਰਹੇ ਵੀ ਪਿੱਛੇ ਜਿਹੜੀ ਦੁਰਘਟਨਾ ਐਤਕੀ ਇਹੋ ਜਿਹੀ ਘਟਨਾ ਨਾ ਹੋਵੇ। ਅਤੇ ਬਾਕੀ ਜ਼ਿੰਮੇਵਾਰੀ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਯਾਤਰਾ ਦਾ ਮਤਲਬ ਯਾਤਰਾ, ਜਾ ਕੇ ਤਰ ਜਾਈਏ, ਸੇਵਾ ਕਰੀਏ, ਸਿਮਰਨ ਕਰੀਏ, ਸਤਸੰਗ ਕਰੀਏ, ਨਾਮ ਬਣੇ ਦਾ ਅਭਿਆਸ ਕਰੀਏ। ਬਾਕੀ ਲੰਗਰਾਂ ਦਾ ਵੀ ਰਿਵਾਜ਼ ਬਹੁਤ ਹੋ ਗਿਆ, ਪਿੰਡ ਪਿੰਡ 'ਤੇ ਹੈ। ਸੋਚ ਪਵਿੱਤਰਤਾ ਵਾਲੀ ਤਾਂ ਗੱਲ ਕੋਈ ਹੈ ਨਹੀਂ, ਚਲੀ ਚਲਾਈ ਜਾ ਰਿਹਾ ਘੇਰ ਘੇਰ ਕੇ। ਹੁਣ ਅਨੰਦਪੁਰ ਤੋਂ ਇੱਥੋਂ ਤੁਰ ਪਓ, 100-150 ਲੰਗਰ ਲਗਾਇਆ, ਹੁਣ ਸਾਰੇ ਲੰਗਰਾਂ ਨੂੰ ਲੋਕ ਕਿੱਥੋਂ ਖਾ ਲੈਣਗੇ? ਕਿਉਂ ਲੰਗਰ ਤਾਂ ਹੁੰਦਾ ਲੋੜ ਦੇ ਅਨੁਸਾਰ। ਉਹ ਫਿਜਲੇ ਬੋਰੇ ਬੈਰੀਅਰ ਲਾਏ ਆ, ਘੇਰ ਕੇ ਖੜ ਜਾਂਦੇ ਆ, ਟ੍ਰੈਫਿਕ ਰੁਕ ਜਾਂਦੀ ਹੈ, ਜਾਮ ਲੱਗ ਜਾਂਦਾ। ਅਤੇ ਜਿਹੜਾ ਸਫ਼ਰ 2.5-3 ਘੰਟੇ ਦਾ, ਉਹ 8-10 ਘੰਟੇ ਦਾ ਬਣ ਜਾਂਦਾ। ਕਿੰਨੀ ਪਰੇਸ਼ਾਨੀ ਆਉਂਦੀ ਹੈ, ਵਿੱਚ ਬੀਬੀਆਂ ਹੁੰਦੀਆਂ, ਮਾਸੂਮ ਬੱਚੇ ਹੁੰਦੇ ਆ, ਕਿਵੇਂ ਚੀਕ ਚਿਹਾੜਾ ਪੈਂਦਾ। ਫਿਰ ਮੈਂ ਉਹ ਤੋਂ ਮੂਹਰੇ ਨਿਕਲਾਂ, ਉਹ ਮੇਰੇ ਤੋਂ ਅੱਗੇ ਕਿਉਂ ਨਿਕਲ ਗਿਆ? ਪੁਦੀੜਾਂ ਪਈਆਂ ਹੁੰਦੀਆਂ, ਉਹਦੇ ਨਾਲ ਵੀ ਬਹੁਤ ਕਲੇਸ਼ ਖੜ੍ਹਾ ਹੁੰਦਾ। ਪਰ ਆਪਾਂ ਨੂੰ ਵਿਚਾਰ ਨਾ ਤੁਰਨਾ ਇਹ ਤਾਂ ਹੈ ਨਹੀਂ, ਨਾ ਕਹਿਣਾ, ਨਾ ਬਹਿਣਾ, ਨਾ ਸਹਿਣਾ, ਨਾ ਰਹਿਣਾ, ਫਿਰ ਇੱਕ ਦੂਜੇ ਗਲ ਪੈਣ 'ਤੇ ਜਾਂਦੇ। ਇਸ ਤਰ੍ਹਾਂ ਦਾ ਹੈਗਾ, ਫਿਰ ਘੁੰਮਦੇ ਆ। ਇਹ ਨਹੀਂ ਵੀ ਮਹਾਰਾਜ ਦੇ ਕੋਈ ਕਿਸੇ ਪਾਸੇ ਤੁਰਿਆ ਹੁੰਦਾ, ਪੰਜ ਪੀਰੀਏ ਕੋਈ ਕਿਸੇ ਪਾਸੇ, ਇੱਥੋਂ ਟਰੱਕਾਂ 'ਚ ਬਹਿ ਕੇ ਚੱਲ ਜਾਣਾ, ਉੱਥੇ ਨਹੀਂ ਵੇਖ ਲੱਜਦੇ, ਪਤਾ ਨਹੀਂ ਕਿੱਧਰ ਕਿੱਧਰ ਘੁੰਮਦੇ ਆ। ਅਤੇ ਅੱਧੀ ਰਾਤ ਨੂੰ ਆ ਜਾਣਗੇ, ਜਿਵੇਂ ਉਹ ਅਵਾਰਾ ਪਸ਼ੂ ਘੁੰਮ ਘੁੰਮਾ ਕੇ ਆ ਜਾਂਦੇ ਨਾ ਮੁੜ ਕੇ, ਫਿਰ ਆ ਕੇ ਵਿੱਚ ਕੋ ਸੜਨਗੇ। ਨਾ ਕੋਈ ਸੇਵਾ ਵਾਲੀ ਗੱਲ, ਨਾ ਕੋਈ ਸਿਮਰਨ ਵਾਲੀ ਗੱਲ। ਅਤੇ ਹੁਣ ਮਹਾਰਾਜ ਤਾਂ ਹੋਲੀ ਦਾ ਤਿਉਹਾਰ ਜਿਹੜਾ ਸੀ ਉਹਦੀ ਰੂਪ ਰੇਖਾ ਵਿਗੜ ਗਈ ਸੀ, ਉਹਨੂੰ ਸਧਾਰਨ ਵਾਸਤੇ ਹੋਲਾ ਮਹੱਲਾ ਬਣਾਇਆ ਸੀ, ਸਧਾਰਨ ਲਈ ਵੀ ਇਹਨੂੰ ਸਹੀ ਤਿਉਹਾਰ ਮਨਾਇਆ ਜਾਏ। ਅਸੀਂ ਹੁਣ ਹੋਲੀ ਤੋਂ ਵੀ ਘੰਟ ਪਾ ਦਿੱਤਾ ਹੋਲਾ, ਆਪਾਂ ਪਿੱਛੇ ਕਿਉਂ ਰਹਿਣਾ? ਜਾਣੀ ਪੁੱਠੇ ਪਾਸੇ ਨੂੰ ਸੰਸਾਰ ਜ਼ਿਆਦਾ ਤੁਰਿਆ ਹੋਇਆ। ਯਾਤਰਾ ਕਰਨ ਜਾਣਾ, ਅਤੇ ਯਾਤਰਾ ਦੇ ਕੋਈ ਨਿਯਮ ਹੁੰਦੇ ਆ, ਮਰਯਾਦਾ ਹੁੰਦੀ ਆ, ਕੋਈ ਡਿਸਿਪਲਿਨ ਹੁੰਦਾ, ਉਹਦੇ ਅਨੁਸਾਰ ਹੈ। ਹੁਣ ਬਾਹਰਲੇ ਦੇਸ਼ਾਂ 'ਚ
ਉੱਥੇ ਟੈਲੀਵਿਜ਼ਨ 'ਤੇ ਅਨਾਊਂਸਮੈਂਟ ਹੋ ਗਈ, ਉਹਨਾਂ ਲੋਕਾਂ ਨੂੰ ਉਹਦੇ ਮੁਤਾਬਕ ਚੱਲਣਾ। ਇੱਥੇ ਜਿੰਨਾ ਮਰਜ਼ੀ ਢੋਲ ਪਿੱਟੀ ਜਾਓ, ਕੋਈ ਅਸਰ ਨਹੀਂ। ਹਰ ਕਾਪੂ ਆਪਣੇ ਮਨ ਦਾ ਰਾਂਝਾ ਰਾਜੀ ਕਰਨ ਲੱਗਿਆ ਹੋਇਆ। ਪਰ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅਤੇ ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਹੈ, ਤਨ ਚੋਰ ਆ। ਉੱਥੇ ਜਾ ਕੇ ਕਿਸੇ ਦਾ ਬੈਗ ਚੁੱਕ ਲਿਆ, ਕਿਸੇ ਦਾ ਮੋਬਾਈਲ ਕੱਢ ਲਿਆ, ਕਿਸੇ ਦੀ ਜੁੱਤੀ ਚੱਕ ਲਈ, ਕਿਸੇ ਦਾ ਕਛਹਿਰਾ ਪੰਨ ਚੁੱਕ ਲਿਆ, ਅਤੇ ਜਾਂਦੇ ਚੋਰ ਦੀ ਧੜਾਕੀ ਸਹੀ ਵੀ ਕੁਝ ਨਾ ਕੁਝ ਤਾਂ ਮਿਲ ਜਾ। ਅਤੇ ਆਏ ਮਾਰੇ ਦਸਮ ਪਾਤਸ਼ਾਹ ਦੇ, ਖਾਲੀ ਕਿਉਂ ਜਾਣਾ, ਇੱਥੋਂ ਗੱਫਾ ਲੈ ਕੇ ਜਾਈਏ। ਅਤੇ ਮੰਮੀ ਡੈਡੀ ਨੇ ਤਾਂ ਮੋਬਾਈਲ ਲੈ ਕੇ ਨਹੀਂ ਦਿੱਤਾ, ਅਤੇ ਰੈਡੀਮੇਡ ਹੀ ਮਿਲ ਜਾ। ਇਹ ਸਾਡੇ ਹਾਲ ਬਣੇ ਹੋਏ ਆ। ਫਿਰ ਆ ਕੇ ਦੱਸਣਗੇ ਅਤੇ ਆਪਾਂ ਆਹ ਚੀਜ਼ਾਂ ਲਿਆਂਦੀਆਂ, ਉਹ ਵੀ ਖੁਸ਼ ਹੁੰਦੇ, ਬੁੜੇ ਬੁੜੀਆਂ ਵੀ, ਵੀ ਮੁੰਡਾ ਬਹੁਤ ਮਾਰਕਾ ਮਾਰ ਕੇ ਲਿਆ, ਵੀ ਜਿੱਤ ਜਿੱਤ ਗਿਆ। ਇੱਧਰ ਨੂੰ ਸੰਸਾਰ ਬਹੁਤ ਤੁਰਿਆ ਹੋਇਆ। ਪਰ ਇਸ ਕਰਕੇ ਇਹ ਜਿਹੜੀ ਚੀਜ਼ਾਂ ਹਨ, ਇਹ ਤਾਂ ਫਿਰ ਪਾਪ ਵਾਲਾ ਰਸਤਾ, ਕਿਉਂਕਿ ਮਹਾਰਾਜ ਕਹਿੰਦੇ ਪਾਪ ਕਰੇ ਪਰਮਾਰਥ ਕਹਿ ਪਾਪਨ ਤੇ ਬਹੁ ਪਾਪ ਲਿਜਾਵੇ। ਪਰਮਾਰਥ ਦਾ ਆਸਰਾ ਲੈ ਕੇ ਲੋਕ ਪਾਪ ਕਰਦੇ ਆ, ਇਹੋ ਜਿਹਾ ਪਾਪ ਕਰਦੇ ਆ, ਪਾਪਾਂ ਨੂੰ ਦੇਖ ਕੇ ਪਾਪ ਵੀ ਲਿਜਾਹੀ ਮੈਨੇ ਲੱਜਾ ਮੰਨਦੇ, ਸ਼ਰਮਿੰਦੇ ਹੋ ਰਹੇ। ਵੀ ਆਹ ਪਾਪ ਤਾਂ ਘੱਟ ਸੀ, ਇਹ ਬਹੁਤ ਵੱਡਾ ਪਾਪ। ਇਸ ਤਰ੍ਹਾਂ ਦੇ ਹਾਲ ਅਸੀਂ ਅੱਜ ਬਣਾਏ ਹੋਏ ਹੈ। ਸੋ ਇਸ ਵਾਸਤੇ ਫਿਰ ਉਹ ਲੰਗਰ ਥਾਣਾ ਲੱਗੇ ਆ, ਉਹ ਚੈੱਕ ਕਰਕੇ ਦੇਖਦੇ ਆ ਵੀ ਜਿਹਦਾ ਉਹ ਟੇਸਟ ਹੋਇਆ ਖਾ ਲਿਆ, ਨਹੀਂ ਤਾਂ ਚੱਕ ਕੇ ਪਰੇ ਸੁੱਟ ਗਏ। ਜਾਂ ਫਿਰ ਖਾਣ ਵੇਲੇ ਖੁੱਲ੍ਹਾ ਗੱਫਾ ਪੁਆਈ ਜਾਣਾ, ਵਰਤਾਉਣ ਵਾਲੇ ਵੀ ਹੋ ਜਾਈਏ, ਉਹ ਨਹੀਂ ਵੀ ਕੜਛੇ ਭਰ ਭਰ ਸਿੱਟੀ ਜਾਣੇ, ਦੇਖਣਾ ਵੀ ਇਹ ਇਸਤਰੀ ਆ, ਬਾਲਕ ਆ, ਬੁੱਢਾ ਆ, ਕਿਹੋ ਜਿਹਾ, ਕਿੰਨਾ ਕੁ ਖਾਣ ਜੋਗਾ। ਉਹ ਫਿਰ ਜਿਹੜਾ ਝੂਠ ਬਹੁਤ ਸੜਦੇ ਆ, ਉਹਦੇ ਅੰਨ ਦੀ ਬੇਅਦਬੀ ਬਹੁਤ ਕਰਦੇ ਆ, ਅਤੇ ਪਕਾਉਣ ਵਾਲੇ ਵੀ ਉਹੋ ਜਿਹਾ, ਬਾਣੀ ਤਾਂ ਕਿਸੇ ਨੇ ਪੜ੍ਹਨੀ ਨਹੀਂ, ਨਿਤਨੇਮ ਕਰਨਾ ਨਹੀਂ। ਸਪੀਕਰ ਰੱਖੇ ਆ ਫਿਰ ਦੋ ਦੋ ਦਸ ਦਸ ਰੁਪਏ ਗਰਾਈ ਜਾਂਦੇ ਆ। ਸੋ ਇਸ ਤਰ੍ਹਾਂ ਦਾ ਇਹ ਸਾਡਾ ਹਾਲ ਅਹਿਵਾਲ ਜਿਹੜਾ ਬਣਿਆ ਹੋਇਆ, ਵੀ ਆਪੋ ਆਪਣੀ ਢਾਈ ਪਾ ਖਿਚੜੀ ਜਿਹੜੀ ਉਹ ਪਕਾਉਣੀ ਆ, ਫਿਰ ਅਖਬਾਰ 'ਚ ਦੇਣਾ ਵੀ ਅਸੀਂ ਵੀ ਉੱਥੇ ਲੰਗਰ ਬਹੁਤ ਚਲਾ ਕੇ ਆਏ। ਲੰਗਰ ਗੁਰੂ ਦਾ ਨਹੀਂ, ਲੰਗਰ ਆਪੋ ਆਪਣੇ ਬਣਾ ਲਿਆ, ਫਿਰ ਆ ਕੇ ਕੱਛਾਂ ਮਾਰਨਗੇ ਸਾਡਾ ਲੰਗਰ ਬਹੁਤ ਚੱਲਿਆ, ਵੀ ਤੇਰਾ ਚੱਲਿਆ, ਵੀ ਗੁਰੂ ਦਾ ਲੰਗਰ ਤਾਂ ਚੱਲਿਆ ਹੀ ਨਹੀਂ। ਗੁਰੂ ਨੂੰ ਸਮਰਪਿਤ ਨਹੀਂ ਕੋਈ ਵੀ ਕੰਮ। ਸੋ ਇਸ ਵਾਸਤੇ ਇਸ ਤਰ੍ਹਾਂ ਦਾ ਜ਼ਿਆਦਾ ਹੋਇਆ। ਇਹ ਹੁਣ ਤਾਂ ਦੱਸਿਆ ਵੀ ਤੁਸੀਂ ਕੋਈ ਸੇਵਾ ਲਈ ਚੱਲੇ ਹੋ ਕੋਈ ਯਾਤਰਾ ਨੂੰ, ਵੀ ਜਿੰਨੇ ਕੁ ਸੁਣਦੇ ਆ ਉਹਨਾਂ ਨੂੰ ਤਾਂ ਥੋੜ੍ਹਾ ਬਹੁਤ ਸੋਝੀ ਆ ਜਾਏ ਨਾ, ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ 'ਚ ਆਏ ਹਾਂ, ਕੋਈ ਸਿੱਖਿਆ ਲੈ ਕੇ ਜਾਈਏ, ਉਹਦੇ ਮੁਤਾਬਕ ਚੱਲੀਏ। ਵੀ ਘਰੋਂ ਗਏ ਤਾਂ ਲਾਹਾ ਲੈਣੇ ਆ ਨਾ, ਇਹ ਨਹੀਂ ਵੀ ਜਿਹੜਾ ਪੱਲੇ ਅੱਗੇ ਮਾੜਾ ਮੋਟਾ ਉਹ ਵੀ ਗੁਆ ਕੇ ਆ ਜਾਓ। ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ, ਫਿਰ ਤਾਂ ਗੱਲ ਸਹੀ ਹੈ।
ਸੋ ਆਓ ਹੁਣ ਜੋ ਲੜੀਵਾਰ ਕਥਾ ਉਹਦੀ ਵਿਚਾਰ ਸੁਣੀਏ। ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਚੌਥਾ ਪੜਤਾਲ। ਸਾਰੰਗ ਰਾਗ ਦੀ ਬਾਣੀ ਚੌਥੇ ਪਾਤਸ਼ਾਹ ਪੜਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਆ। ਰਾਗੀ ਤਾਲਾਂ ਤੋਂ ਤਾਲ ਪੜ ਪੜ ਜਿਲੇ ਪੈਂਦੇ ਉਹਨੂੰ ਪੜਤਾਲ ਕਹਿੰਦੇ। ਪੜਤਾਲ ਹਰੇਕ ਨਿਗਾਹ ਵਜਾ ਸਕਦਾ। 13 ਤਾਲ ਮੁੱਖ ਹੁੰਦੇ ਆ, ਉਹਨਾਂ ਤੋਂ ਗਾਂਹ ਗਾਂਹ ਤਾਲ ਫਿਰ ਬਹੁਤ ਨਿਕਲਦੇ ਰਹਿੰਦੇ ਆ। ਅਤੇ ਅੱਜ ਕੱਲ੍ਹ ਤਾਂ ਆਮ ਕੈਰਵੇ ਦਾਦਰੇ ਨੇ ਕੰਮ ਚੱਲੀ ਚਲਾਈ ਜਾਂਦਾ, ਜਾਂ ਫਿਲਮੀ ਟਿਊਨਾਂ 'ਤੇ ਕੋਈ ਸ਼ਬਦ ਕੱਢ ਲੈ। ਅਤੇ ਜਿਹੜੇ ਰਾਗਾਂ ਦੇ ਵਿੱਚ ਹੈ, ਨਾ ਕੋਈ ਮਿਹਨਤ ਕਰਦਾ, ਨਾ ਸਿੱਖਣ ਵਾਲੇ, ਨਾ ਸਿਖਾਉਣ ਵਾਲੇ, ਬਸ ਉਹਨਾਂ ਕਿਹਾ ਵੀ ਜਨਮ ਸਮੇਂ ਦੇ ਸ਼ਬਦ ਕੱਢ ਲੈ ਦੋ ਚਾਰ, ਮਰਨ ਦੇ ਕੱਢ ਲੈ, ਕੁੜਮਾਈ ਵਿਆਹ ਦੇ ਕੱਢ ਲੈ, ਇੰਨੇ ਕੁ ਨਾ ਆਪਣਾ ਕੰਮ ਚੱਲ ਚੁੱਲ ਪੈਂਦਾ। ਬਾਕੀ ਕੋਈ ਵਿਦਿਆ ਵਾਲੀ ਗੱਲ ਨਹੀਂ, ਵੀ ਮਿਹਨਤ ਕਰਨੀ ਹੈ, ਇੱਧਰ ਟਾਈਮ ਕਿਹੜਾ ਦਊਗਾ, ਅਤੇ ਸਾਡਾ ਲਾਣਾ ਬਾਣਾ ਜਿਹੜਾ ਇਹਦਾ ਵੀ ਨਹੀਂ ਹੈ। ਅਤੇ ਜਿਹਨੇ ਸੰਥਿਆ ਕੀਤੀ ਹੈ, ਸ਼ੁੱਧ ਪਾਠ, ਜਿਹਨੇ ਨਹੀਂ ਕੀਤੀ, ਸਕੂਲ 'ਚੋਂ ਸਿੱਧੇ ਆ ਕੇ ਮਾਰਾ ਤਾਬਿਆ ਬਹਿ ਕੇ ਪਾਠੀ, ਉਹ ਵੀ ਬਣ ਗਿਆ। ਪੂਜਾ ਸੁੱਖ ਨੇ ਇੱਕੋ ਜਿਹੀ ਮਿਲੀ ਜਾਂਦੀ ਹੈ। ਉਹ ਕਹਿੰਦਾ ਵੀ ਜਿਹਨੇ 3-4 ਸਾਲ ਸੰਥਿਆ ਲਈ ਲਾਏ, ਪੂਜਾ ਉਹਨੂੰ ਵੀ ਮਿਲਣੀ ਹੈ, ਅਤੇ ਆਪਾਂ ਨੂੰ ਇਹ ਸਭ ਰੱਬ ਰਹੀ ਹੈ, ਅਤੇ ਫਿਰ ਐਵੇਂ ਮਿਹਨਤ ਕਰਨ ਦੀ ਕੀ ਲੋੜ ਹੈ। ਪਰ ਇਹ ਗੱਲ ਯਾਦ ਰੱਖੋ, ਅਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹਾਂ। ਜਿਨ੍ਹਾਂ ਦੇ ਪਾਠ ਹੈ ਸੰਗੀਆਂ ਦੇ ਉਹਨਾਂ ਨੂੰ ਵੀ, ਅਤੇ ਗੁਰੂ ਮਹਾਰਾਜ ਨਾਲ ਵੀ ਧੋਖਾ ਕਰਦੇ ਹਾਂ। ਅਤੇ ਜਦੋਂ ਸਾਡੀ ਵਜੀਫਾ ਪਾਠਾਂ 'ਤੇ ਹੈ, ਫਿਰ ਸਾਲ 6 ਮਹੀਨੇ 2 ਸਾਲ ਲਾ ਕੇ ਸੰਥਿਆ ਕਰਨ ਤੋਂ ਕਿਉਂ ਝਿਜਕਿਆ। ਅੱਗੇ ਹੁਣ ਸਾਡੇ ਪਾਠ ਹੁੰਦੇ ਸੀ ਸੰਤਾਂ ਦੇ, ਪਹਿਲਾਂ ਮਹਾਂਪੁਰਸ਼ਾਂ ਨੇ ਪਾਠ ਸੁਣਨਾ ਵੀ ਪਾਠ ਹੀ ਸਹੀ ਹੈ, ਫਿਰ ਉਹਨਾਂ ਦੀ ਕਿਰਿਆ ਸਾਰੀ ਦੇਖਣੀ, ਫਿਰ ਉਹਨਾਂ ਦੇ ਖਾਣ ਪੀਣ ਦਾ ਵੀ ਨਿਯਮ ਬਣਾਉਣਾ, ਘਰਦਿਆਂ ਦਾ ਵੀ ਸਾਰਾ, ਫਿਰ ਪੱਤਰੇ ਪੂਰੇ ਕਰਦਾ ਕਿ ਨਹੀਂ ਕਰਦਾ। ਇਹ ਨਹੀਂ ਇੱਕ ਨੇ ਘੰਟੇ ਦੇ 8 ਕੀਤੇ, ਦੂਏ ਨੇ 10 ਕੀਤੇ, ਅਤੇ ਭੋਗ ਦਾ ਸਮਾਂ ਕੋਈ ਨਿਸ਼ਚਿਤ ਹੋਵੇ ਹੀ ਨਾ। ਸੋ ਇਸ ਵਾਸਤੇ ਇਹ ਹੈ, ਹਰ ਚੀਜ਼ ਦੀ ਕੋਈ ਵਿਧੀ ਹੁੰਦੀ ਹੈ, ਵਿਧਾਨ ਹੁੰਦਾ, ਕੋਈ ਨਿਯਮ ਹੁੰਦਾ ਹੈ। ਸੋ ਇਸ ਕਰਕੇ ਪੜਤਾਲ ਗਾਉਣੀ ਬੜੀ ਔਖੀ। ਉਹ ਸਾਡੇ ਆਪਣੇ ਸੰਤਸੀ ਡਮੇਲੀ ਵਾਲੇ ਬਾਬਾ ਸਰਵਣ ਸਿੰਘ ਗੰਧਾਰੂ ਸਿੰਘ ਡਬਲ MA, ਆਹ ਜਿਹੜੇ ਅੱਜ ਕੱਲ੍ਹ ਹੈਗੇ ਨਾ, ਆਹ ਤੁਤਰੀਆਂ ਜਿਹੀਆਂ ਚੱਕੀ ਫਿਰਦੇ ਰੈਡੂਏ ਸਿੰਗਰ, ਉਹ ਆ ਗਿਆ। ਆਖੇ ਮਹਾਂਪੁਰਸ਼ੋ, ਮੈਂ ਤੁਹਾਡੇ ਨਾਲ ਜੋੜੀ ਵਜਾਉਣੀ ਹੈ। ਹੰਕਾਰ ਸੀ, ਸੰਤ ਕਹਿੰਦੇ ਵੀ ਸਾਡੇ ਨਾਲ ਸੇਵਾਦਾਰ ਹੈਗਾ। ਆਖੇ ਨਹੀਂ, ਜੇ ਤਾਂ ਕਹਿੰਦਾ ਮੈਨੂੰ ਸੇਵਾ ਦਾ ਮੌਕਾ ਦਿਓ, ਫਿਰ ਤਾਂ ਨਹੀਂ ਠੀਕ ਸੀ। ਉਹ ਹਮੇ 'ਚ ਉਹ ਸੰਤਾਂ ਨੇ ਜਿਹੜੀ ਪੜਤਾਲ ਸ਼ੁਰੂ ਕੀਤੀ, ਪਹਿਲਾਂ ਹੀ ਖੇਡ ਦਿੱਤਾ। ਬੜਾ ਸ਼ਰਮਿੰਦਾ ਹੋਇਆ, ਉਹ ਜਿਵੇਂ ਭੂਪੜਾ ਪਹਿਲਾਂ ਫੁੱਲਿਆ ਸੀ, ਫੂਕ ਨਿਕਲ ਜਾਣਾ ਬਹਿ ਜਾਂਦਾ। ਸੰਤ ਕਹਿੰਦੇ ਤੂੰ ਹਉਮੈ 'ਚ ਆਇਆ ਸੀ,
ਜੇ ਉਵੇਂ ਸੇਵਾ ਭਾਵਨਾ ਆਉਂਦਾ ਫਿਰ ਅਸੀਂ ਤੈਨੂੰ ਰਲਾ ਰੂ ਲੈਣਾ ਸੀ। ਅਤੇ ਅੱਜ ਕੱਲ੍ਹ ਵੇਵੀ ਹਾਂ, ਆਪਣੇ ਆਪ ਤੋਂ ਬਹੁਤ ਸਮਝਦੇ ਹੁੰਦੇ ਅਸੀਂ ਰਾਗੀ ਹਾਂ, ਪਰ ਜਦੋਂ ਸਿਆਣੇ ਉਸਤਾਦ ਨਾਲ ਬੈਠੀਏ ਫਿਰ ਪਤਾ ਲੱਗਦਾ। ਸੋ ਇਸ ਕਰਕੇ ਕਈ ਹੁਣ ਕਹਿੰਦੇ ਰਾਗਾਂ ਦਾ ਨਿਰਧਾਰਤ ਕੀਰਤਨ, ਇੱਕ ਵਾਰੀ ਉਹ ਮੈਨੂੰ ਵੀ ਲੈ ਗਿਆ ਕਿ ਬਾਬਾ ਜੀ ਰਾਗਾਂ ਦਾ ਨਿਰਧਾਰਤ ਕੀਰਤਨ ਤੁਹਾਨੂੰ ਸੁਣਾਈਏ। ਅਤੇ ਉਹ ਬੜਾ ਜੀ ਸਿਰ ਮਾਰੇ, ਦੇਖੋ ਜੀ ਰਾਗ, ਮੈਂ ਕਿਹਾ ਰਾਗ ਨਹੀਂ ਇਹਨੂੰ ਗਾਇਆ, ਇਹਨ 80 ਸਾਲ ਪੁਰਾਣੀ ਰੀਤ ਗਾਈ ਹੈ। ਅਖੇ ਨਹੀਂ ਜੀ ਰਾਗ ਹੈ। ਮੈਂ ਕਿਹਾ ਤੈਨੂੰ ਹੁਣ ਪੜ੍ਹ ਨੂੰ ਤਾਂ ਪਤਾ ਨਹੀਂ। ਇਹ ਰਾਗੀ ਨੂੰ ਕਿਹਾ ਦੱਸੋ ਵੀ ਕਿਹੜਾ ਗਾਇਆ, ਉਹ ਕਹਿੰਦੇ ਜੀ 80 ਸਾਲ ਪੁਰਾਣੀ ਰੀਤ ਗਾਈ ਹੈ। ਮੈਂ ਕਿਹਾ ਸੁਣ ਲਓ, ਤੂੰ ਕਹਿੰਦਾ ਇਹ ਨਿਰਧਾਰਤ ਰਾਗਾਂ ਦਾ ਕੀਰਤਨ ਕਰਾ ਰਿਹਾ, ਸੁਣਨ ਨਾਲ ਵੀ ਉਹ ਜਾਏ ਸੁਣਾਉਣ ਨਾਲ ਵੀ ਉਹ ਜਾਏ। ਉਹ ਜਿਵੇਂ ਇੱਕ ਰਾਜਾ ਹੁੰਦਾ ਸੀ ਨਾ, ਉਹ ਜਿਹੜੇ ਕੀਰਤਨ ਹੋਣਾ ਤਾਂ ਬੜਾ ਸਿਰ ਮਾਰਨਾ, ਘਰ ਵਾਲੀ ਥੋੜ੍ਹਾ ਜਾਣਦੀ ਸੀ। ਉਹ ਕਹਿੰਦੇ ਮਹਾਰਾਜ ਕੱਲ੍ਹ ਵੀ ਦਰਸ਼ਨ ਦਿਓ। ਉਹ ਰਾਣੀ ਨੂੰ ਪੁੱਛਦਾ ਵੀ ਰਾਗ ਕਿਹੜਾ ਉਹ? ਉਹ ਕਹਿੰਦੇ ਇਹ ਰਾਗ ਇਸ ਵੇਲੇ ਸੂਹੀ ਰਾਗ ਦਾ ਟਾਈਮ ਹੈ, ਤੂੰ ਇਹ ਕਹਿਣਾ ਵੀ ਸੂਹੀ ਰਾਗ ਆ। ਉਹ ਰਾਣੀ ਨੇ ਕੀਤਾ ਸੂਹੇ ਰੰਗ ਦੀ ਕੁੜਤੀ ਬਣਾ ਕੇ ਉਹਦੇ ਗਲ 'ਚ ਪਾ ਦਿੱਤੀ ਕਿ ਜੇ ਤੈਨੂੰ ਇਹ ਭੁੱਲ ਜਾਏ ਨਾ ਸੂਹੀ ਰਾਗ ਤਾਂ ਕੁੜਤੀ ਵੱਲ ਦੇਖ ਲਈ, ਵੀ ਤੈਨੂੰ ਚੇਤੇ ਆ ਜਾਵੇ ਸੂਹੇ ਰੰਗ ਦੀ ਕੁੜਤੀ ਆ ਅਤੇ ਸੂਹੀ ਰਾਗ ਕਹਿ ਦੇ। ਉਹ ਹੁਣ ਜਿਹੜੇ ਗਿਆ ਉਹਨੂੰ ਉਹ ਸੂਹੀ ਰਾਗ ਤਾਂ ਭੁੱਲ ਗਿਆ, ਕੁੜਤੀ ਪਾਈ ਸੀ ਉਹ ਸੂਹਾ ਵੀ ਭੁੱਲ ਗਿਆ। ਉਹ ਜਿਹੜੇ ਸਿਰ ਜਿਹਾ ਬਹੁਤ ਮਾਰੇ ਨਾ ਰਾਗੀ, ਕਹਿਣ ਲੱਗੇ ਕਿਹੜਾ ਰਾਗ ਗਾਇਆ ਰਾਜਨ? ਅਸੀਂ ਕੁੜਤੀ ਰਾਗ ਗਾਇਆ, ਕੁੜਤੀ ਰਾਗ। ਅੱਜ ਕੱਲ੍ਹ ਬਹੁਤਿਆਂ ਦਾ ਕੰਮ ਇਹੋ ਜਿਹਾ ਹੀ ਹੈ, ਉਵੇਂ ਸਿਰ ਮਾਰੀ ਜਾਣਗੇ, ਪਤਾ ਕੁਛ ਵੀ ਨਹੀਂ। ਇੱਥੇ ਗੱਲ ਹੈਗੀ ਪੜਤਾਲ ਦੀ, ਪੜਤਾਲ ਜਿਹੜੀ ਹੈ ਹਰੇਕ ਨਹੀਂ ਗਾ ਸਕਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਖਸ਼ਿਸ਼ਾਂ ਕੀਤੀਆਂ ਹਨ। ਜਪ ਮਨ ਗੋਬਿੰਦ, ਹੇ ਮਨ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਵੇਦਾਂ ਸ਼ਾਸਤਰਾਂ ਬਾਣੀ ਮਹਾਂਪੁਰਖਾਂ ਦੁਆਰਾ ਜਾਣਨੇ ਯੋਗ, ਉਸ ਪਰਮੇਸ਼ਰ ਦੇ ਗੁਣ ਗਾਓ। ਕਈ ਆਪਣੇ ਮੁੰਡੇ ਕੁੜੀਆਂ ਦੇ ਢੋਲੇ ਗਾਈ ਜਾਂਦੇ, ਕਈ ਆਪਣੀ ਔਰਤ ਦੇ ਢੋਲੇ ਗਾਈ ਜਾਂਦੇ। ਮੇਰੇ ਘਰ ਵਾਲੀ ਜੀ ਬਹੁਤ ਪਾਠ ਕਰਦੀ ਹੈ, ਕਿਉਂ ਤੈਨੂੰ ਪਾਠ ਕਰੇਗਾ ਤਾਂ ਕੀ ਹੋ ਜਾਏਗਾ, ਉਹਦੀ ਖਾਧੀ ਰੋਟੀ ਤੈਨੂੰ ਮਿਲ ਜਾਵੇਗੀ। ਪਾਠ ਹਰੇਕ ਨੂੰ ਨਿਤਨੇਮ ਸਿਮਰਨ ਸੇਵਾ ਆਪੋ ਆਪਣਾ, ਇਸ ਵਾਸਤੇ ਕੋਈ ਆਪਣੇ ਢੋਲੇ ਗਾਈ ਜਾਂਦੇ। ਸਾਡੇ ਸਿਆਸੀ ਇਹਨਾਂ ਦੇ ਚਮਚੇ ਹੁੰਦੇ, ਇਹ ਬਹੁਤ ਕਰਦੇ। ਪਹਿਲਿਆਂ ਨੂੰ ਕੁਛ ਨਹੀਂ, ਅਸੀਂ ਆਹ ਕਰਕੇ ਦਿਖਾਇਆ, ਆਹ ਦਿਖਾ ਦਿਆਂਗੇ, ਸਭ ਬਾਗ ਦਿਖਾ ਕੇ ਵੋਟਾਂ ਲੈਣੀਆਂ। ਪਰ ਮਹਾਰਾਜ ਕਹਿੰਦੇ ਐਵੇਂ ਇਸ ਰਸਨ ਨੂੰ ਬੇਲਚਾ ਕਾਹਲੇ ਬਣਾਉਂਦੇ, ਇਹਦੇ ਦੁਆਰਾ ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣਾ ਕਰੋ। ਹਰ ਗੋਬਿੰਦ ਗੁਣੀ ਨਿਧਾਨ, ਹਰੀ ਜੋ ਗੋਬਿੰਦ ਆ ਸਭ ਨੂੰ ਹਰਿਆਂ ਭਰਿਆਂ ਕਰਨ ਵਾਲਾ, ਗੁਣਾਂ ਦਾ ਨਿਧਾਨ ਖਜ਼ਾਨਾ। ਇੱਥੇ ਬੰਦੇ ਨੂੰ ਇੱਕ ਅੱਧਾ ਗੁਣ ਮਿਲ ਜਾਣ, ਬਹੁਤ ਫੁੱਲਿਆ ਫਿਰਦਾ। ਕਹਿੰਦੇ ਉਹ ਪਰਮੇਸ਼ਰ ਗੁਣਾਂ ਦਾ ਨਿਧਾਨ ਮੈਨੇ ਬਹੁਤ ਵੱਡਾ ਖਜ਼ਾਨਾ ਹੈ। ਸਭ ਸ੍ਰਿਸ਼ਟ ਦਾ ਪ੍ਰਭੋ, ਹਾਂਜੀ
ਸਭ ਸ੍ਰਿਸ਼ਟੀ ਕਾ ਪ੍ਰਭੋ। ਉਹ ਸਾਰੀ ਸ੍ਰਿਸ਼ਟੀ ਦਾ ਹਰਤਾ ਕਰਤਾ ਮਾਲਕ ਪਰਮੇਸ਼ਰ ਹੈ। ਮੇਰੇ ਮਨ ਹਰ ਬੋਲ। ਹੇ ਮੇਰੇ ਮਨਾ, ਤੇ ਤੂੰ ਚੁੱਪ ਤਾਂ ਰਿਹਾ ਨਹੀਂ ਨਾ ਜਾਣਾ, ਜੇ ਬੋਲਣਾ ਹੀ ਆ ਨਾ ਪਰਮੇਸ਼ਰ ਦੀ, ਪਰਮੇਸ਼ਰ ਦੇ ਪਿਆਰਿਆਂ ਦੀ ਉਸਤਤ ਵਿੱਚ ਬੋਲ। ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਗੱਲ ਰਾਖੀ। ਜੀ ਅਜੰਤ ਸਭ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਸਤਿਗੁਰਾਂ ਦੀ ਸੱਚੀ ਜਿਹੜੀ ਸਿੱਖਿਆ ਉਹਦੇ ਬਾਰੇ ਗੱਲ ਕਰ। ਆਡਾ ਖੁੰਡ ਪਾਰਟੀ 'ਚ ਬਹਿ ਕੇ ਨਿੰਦਿਆ ਚੁਗਲੀ ਕਰੀ ਜਾਂਦਾ। ਮਾਂ ਤਾਂ ਆਪਣੇ ਬੱਚੇ ਦਾ ਗੰਦ ਧੋਂਦੀ ਹੈ, ਸਾਫ਼ ਕਰਦੀ ਹੈ। ਜਿਹੜਾ ਨਿੰਦਕ ਹੈ ਆਪਣੀ ਰਸਨਾ ਨਾਲ ਲੋਕਾਂ ਦਾ ਗੰਦ ਧੋਂਦਾ, ਦਿਨ ਰਾਤ ਇਸੇ ਕੰਮ ਲੱਗੇ। ਭੰਡੀ ਪ੍ਰਚਾਰ ਕਰੀ ਜਾਣਾ, ਕੋਈ ਬਾਣੀ ਨਹੀਂ ਪੜ੍ਹਨੀ, ਕੋਈ ਨਿਤਨੇਮ ਨਹੀਂ ਕਰਨਾ, ਕੋਈ ਸਿਮਰਨ ਨਹੀਂ ਕਰਨਾ, ਬਸ ਦਿਨ ਰਾਤ ਇਸੇ ਕੰਮ। ਹੁਣ ਆ ਜਾਣਾ ਹੋਲੇ ਮਹੱਲੇ 'ਤੇ, ਗੱਪ ਗਪੌੜਾ, ਨਿੰਦਿਆ ਚੁਗਲੀ, ਦੇਹ ਤੇਰੇ ਦੀ। ਤੁਸੀਂ ਦੇਖ ਲਿਓ ਕੋਈ ਬਿਰਲਾ ਹੋਊ ਜਿਹਦੇ ਮੂੰਹ 'ਚ ਨਾਮ ਹੋਊਗਾ, ਬਾਣੀ ਹੋਊਗੀ। ਨੇਮਾਲੇ 'ਚ ਗੜਿਚੀਆਂ ਮਾਰਦੇ ਜਾਂਦੇ, ਟੀਚਰਾਂ ਕਰਦੇ ਜਾਂਦੇ, ਕੋਈ ਗੁਰੂ ਦਾ ਭੈ ਨਹੀਂ। ਅੱਜ ਸਾਲ ਪਿੱਛੋਂ ਘਰੋਂ ਨਿਕਲੇ ਕੇਸਗੜ੍ਹ, ਜੇ ਤਾਂ ਰੋਜ਼ ਸੰਗਤ ਕਰਨ, ਕਥਾ ਵਾਰਤਾ ਸੁਣਨ, ਫਿਰ ਤਾਂ ਸੋਝੀ ਆਵੇ। ਅਤੇ ਹੁਣ ਇੰਨੀ ਛੇਤੀ ਇਹਨਾਂ ਨੂੰ ਸੋਝੀ ਕਿੱਥੋਂ ਆਜੂਗੀ? ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮੇਰੇ ਮਨ ਹਰ ਬੋਲ। ਹਰੀ ਪਰਮੇਸ਼ਰ ਦੀ ਉਸਤਤ ਰੂਪੀ ਜਿਹੜੇ ਬਚਨ ਹਨ, ਉਹਨਾਂ ਬਚਨਾਂ ਨੂੰ ਸੱਤ ਬਚਨ ਜਿਹੜੇ ਆ ਉਹ ਬੋਲ। ਸੱਤ ਬਚਨ ਔਰ ਪਿਆਰੋ ਜੋਈ ਬੁੱਧਵਾਨ ਜਨ ਭਖ ਹੈ ਸੋਈ। ਬਚਨ ਸੱਚਾ ਵੀ ਹੋਵੇ, ਪਿਆਰਾ ਵੀ ਹੋਵੇ। ਹੁਣ ਦੇਖੋ, ਅੱਖਾਂ ਤੋਂ ਕੋਈ ਬੰਦਾ ਮਣਾਖਾ, ਉਹਨੂੰ ਜੇ ਕਈ ਆ ਹੋ ਜਾਂਦੇ ਆ, ਬਚਨ ਹੈ ਤਾਂ ਸੱਚਾ ਪਰ ਅਗਲੇ ਦਿਲ ਦੁਖਿਆ ਨਾ, ਉੱਥੇ ਉਹਨੂੰ ਕਹੋ ਆਓ ਪਰ ਗਿਆ ਚਕਸ਼ੂ ਜੀ, ਸੂਰਮਾ ਸਿੰਘ ਜੀ, ਫਿਰ ਦਿਲ ਨਹੀਂ ਨਾ ਦੁਖਿਆ। ਬਚਨ ਸੱਚਾ ਬੋਲਣਾ ਔਰ ਪਿਆਰਾ ਵੀ ਬੋਲਣਾ। ਇਹ ਨਹੀਂ ਵੀ ਇਹੋ ਜਿਹਾ ਬਚਨ ਬੋਲਣਾ ਜਿਹਨੇ ਦ੍ਰੋਪਦੀ ਨੇ ਕਿਹਾ ਸੀ ਨਾ, ਦੁਰਯੋਧਨ ਨੂੰ ਅੰਨੇ ਦਾ ਅੰਨਾ, ਅਤੇ ਮਹਾਂਭਾਰਤ ਦਾ ਪਿੜ ਵੱਜ ਗਿਆ, 18 ਕੁਣੀਆਂ ਖਬਣ ਦਾ ਕਾਰਨ ਬਣ ਗਿਆ। ਇਸ ਕਰਕੇ ਬਚਨ ਸੱਚਾ ਵੀ ਹੋਵੇ ਅਤੇ ਪਿਆਰਾ ਵੀ ਹੋਵੇ, ਬੁੱਧੀਵਾਨ ਉਹ ਬਚਨ ਕਰਦੇ ਆ। ਇਸ ਕਰਕੇ ਗੁਰੂ ਦੀ ਉਸਤਤ ਰੂਪੀ ਜਿਹੜੇ ਬੋਲ ਉਹ ਬੋਲਣਾ ਕਰਦੇ। ਅਸੀਂ ਬੋਲੀਆਂ ਕਿਹੋ ਜਿਹੀਆਂ ਬਣਾਈਆਂ? ਹੁਣ ਮਹਾਰਾਜ ਤਾਬਿਆਂ ਬੈਠੇ ਨਹੀਂ ਸੁਣਾਏ ਦਿੰਦੇ ਜਿਹੋ ਜਿਹਾ ਕਰਦੇ ਆ। ਸੋ ਇਸ ਵਾਸਤੇ ਗੁਰੂ ਦੀ ਜਸ ਰੂਪੀ ਅੰਮ੍ਰਿਤ ਰੂਪੀ ਬੋਲ ਜਿਹੜੇ, ਜਿਵੇਂ ਸਾਡੇ ਸੰਤ ਸੀ ਜਿਹੜੇ ਲੰਗਰ ਵਰਤਾਉਣਾ ਨਰੰਗਾਬਾਦ, ਬਾਬਾ ਮਹਾਰਾਜ ਸਿੰਘ, ਨਾਂ ਤਾਂ ਉਹਨਾਂ ਦਾ ਨਿਹਾਲ ਸਿੰਘ ਸੀ, ਫਿਰ ਟਹਿਲ ਸਿੰਘ ਬਣ ਗਏ, ਫਿਰ ਸੇਵਾ ਕਰ ਕਰਕੇ ਜਦੋਂ ਸੰਗਤ 'ਚ ਲੰਗਰ ਵਰਤਾਉਣਾ, ਸੇਵਾ ਕਰਨੀ, ਆਓ ਮਹਾਰਾਜ, ਆਓ ਮਹਾਰਾਜ, ਉਹਨਾਂ ਦਾ ਨਾਂ ਹੀ ਮਹਾਰਾਜ ਸਿੰਘ ਪੈ ਗਿਆ। ਹੁਣ ਆਮ ਮਕਾਰ ਸੇਵਾ ਵਾਲੇ ਆ, ਇਹ ਜਦੋਂ ਬਚਨ ਕਰਨਗੇ ਵਾਹਿਗੁਰੂ ਕਹਿ ਕੇ ਕਹਿਣਗੇ, ਵਾਹਿਗੁਰੂ ਆਹ ਕਰ ਲਈ, ਸ਼ਬਦ ਬੋਲਣਗੇ ਨਾ। ਅਤੇ ਬਾਬਾ ਗੁਰਮੁਖ ਸਿੰਘ ਸਾਹਿਬ ਬ੍ਰਹਮ ਗਿਆਨੀ, ਜਿਹਨੇ ਕਾਰ ਸੇਵਾ ਕਿਰਪਾ ਕੀਤੀ, ਪ੍ਰੇਮੀਆਂ ਨੂੰ ਹਦਾਇਤ ਹੁੰਦੀ ਸੀ, ਜਿਹੜੇ ਗੁਰਮੁਖੀ ਪੜ੍ਹੇ ਆ ਨਾ, 60 ਸ੍ਰੀ ਜਪਜੀ ਸਾਹਿਬ ਰੋਜ਼ ਕਰਨੇ ਆ,
ਜਾਂ ਦਸ ਸੁਖਮਣੀ ਜਿਹੜੇ ਅਨਪੜ੍ਹ ਆ, ਦੋ ਘੰਟੇ ਸਵੇਰੇ ਦੋ ਘੰਟੇ ਸ਼ਾਮ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਪ ਕਰਨਾ। ਹੁਣ ਥੱਕੇ ਟੁੱਟੇ ਹੁਣ ਨੀਂਦ ਆ, ਤੂੰ ਥਮਲਾ ਬਣਾਇਆ ਹੁੰਦਾ ਉਹਦੇ ਦੁਆਲੇ ਘੁੰਮੀ ਜਾਂਦੇ ਆ ਵੀ ਨੀਂਦ ਨਾ ਆਵੇ। ਕਾਰ ਸੇਵਾ ਵਾਲੇ ਜਿਹੜੇ ਅੱਜ ਵੀ ਪੁਰਾਣੀਆਂ ਪਰੰਪਰਾ ਜਿੱਥੋਂ ਸਿਆ, ਕਈ ਤਾਂ ਛੱਡ ਛੁੱਟ ਗਏ ਪਰ ਆਪਣੇ ਬਾਬੇ ਜਗਤਾਰ ਸੁਣੇ ਆ ਜਾਂ ਇਹਨਾਂ ਦੇ ਮਹਾਂਪੁਰਖ ਆ, ਉਹਨਾਂ ਦੇ ਹਾਲੇ ਵੀ ਉਹ ਕਰਦੇ, ਹੋਰ ਵੀ ਜਿਹੜੇ ਗੁਰਮੁਖ ਕਰਦੇ ਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰੀ ਪਰਮੇਸ਼ਰ ਦਾ ਨਾਮ ਬੋਲਣਾ ਕਰ, ਉਹ ਹਰੀ ਪੁਰਖ ਕੈਸਾ ਪੂ ਪਾਪਾਂ ਤੋਂ ਰੱਖਿਆ ਕਰਨ ਵਾਲਾ ਅਤੇ ਅਵਨਾਸੀ ਨਾਸ ਤੋਂ ਰਹਿਤ। ਹੁਣ ਕ੍ਰਿਸ਼ਨ ਦੇ ਪੈਰ ਦੇ ਵਿੱਚ ਕ੍ਰਿਸ਼ਨ ਜੀ ਦੇ ਤੀਰ ਮਾਰਿਆ ਫੰਦਕ ਨੇ, ਅਤੇ ਮਹਾਰਾਜ 'ਤੇ ਵੀ ਵਾਰ ਕੀਤਾ ਸੀ, ਮਹਾਰਾਜ ਤੋਂ ਉੱਥੇ ਉਹਨੂੰ ਚਾਟਾ ਛਕਾ ਦਿੱਤਾ ਸੀ ਨਾ। ਅਤੇ ਮਹਾਰਾਜ ਇਹ ਤਾਂ ਹੁਣ ਆਮ ਬੰਦਾ ਕਤਲ ਹੋ ਜੂਗਾ, ਉਹ ਪੁਰਖ ਕਿਹੋ ਜਿਹਾ, ਉਹ ਤਾਂ ਅਵਨਾਸੀ ਨਾਸ ਤੋਂ ਰਿਹਾ, ਤੋਂ ਅੱਜ ਵੀ ਹੈ ਸਦਾ ਹੀ ਰਹਿਣ ਵਾਲੇ ਹਨ। ਵਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹਨ, ਹਰੀ ਦਾ ਨਾਮ ਅੰਮ੍ਰਿਤ। ਹੁਣ ਕਈਆਂ ਨੂੰ ਕਹੇ ਅੰਮ੍ਰਿਤ ਛਕ ਲਓ, ਕਹਿੰਦੇ ਜੀ ਨਾਮ ਅੰਮ੍ਰਿਤ। ਉਹਨਾਂ ਨੂੰ ਪੁੱਛੇ ਵੀ ਜਿਹੜਾ ਅੰਮ੍ਰਿਤ ਬਣਾਇਆ, ਪੰਜਾਂ ਪਿਆਰਿਆਂ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਹਜ਼ੂਰ ਵਿੱਚ, ਉਹ ਕਿਵੇਂ ਤਿਆਰ ਹੋਇਆ? ਸ੍ਰੀ ਜਪ ਜੀ ਸਾਹਿਬ ਜੀ ਦਾ ਪਾਠ ਹੋਇਆ, ਅਰਦਾਸ ਹੋਈ ਪਹਿਲਾਂ, ਆਗਿਆ ਲਈ ਮਹਾਰਾਜ ਵਾਕ ਲਿਆ, ਪੇ ਪੰਜ ਪਿਆਰੇ ਤਾਬਿਆ ਸਜੇ ਔਰ ਵੀਰ ਆਸਣ ਲਾ ਕੇ ਜਲ ਪਤਾਸੇ ਖੰਡਾ ਅਤੇ ਆਪਣੇ ਹੱਥ ਜਿਹੜੇ ਬਾਟੇ 'ਤੇ ਰੱਖ ਕੇ ਗੁਰੂਆਂ ਦਾ ਧਿਆਨ ਕਰਕੇ ਸ੍ਰੀ ਜਪ ਜੀ ਸਾਹਿਬ ਜੀ ਦਾ ਪਾਠ ਕੀਤਾ। ਸ੍ਰੀ ਜਪ ਸਾਹਿਬ ਦਾ ਅੰਮ੍ਰਿਤ ਸਵਈਏ ਚੌਪਈ ਸੰਪੂਰਨ, ਆਨੰਦ ਸਾਹਿਬ ਸੰਪੂਰਨ। ਫਿਰ ਅਰਦਾਸ ਕੀਤੀ, ਫਿਰ ਆਗਿਆ ਲੈ ਕੇ ਅਵਲਾਸ਼ੀਆਂ ਨੂੰ ਦਾਤ ਦਿੱਤੀ। ਹੁਣ ਇਹ ਜਿਹੜਾ ਅੰਮ੍ਰਿਤ ਤਿਆਰ ਹੋਇਆ, ਉਵੇਂ ਬਾਟੇ 'ਚ ਪਤਾ ਸੀ ਘੋਲ ਕੇ ਪਲਾਤੇ ਆ ਜਾਂ ਬਾਣੀ ਪੜ੍ਹੀ? ਜੇ ਬਾਣੀ ਨਾ ਪੜ੍ਹਦੇ ਫਿਰ ਤਾਂ ਉਹ ਮਿੱਠਾ ਸ਼ਰਬਤ ਸੀ। ਬਾਣੀ ਦੁਆਰਾ ਅੰਮ੍ਰਿਤ ਤਿਆਰ ਹੋਇਆ ਗੁਰਦੀਖਿਤ ਕਰਨ ਵਾਸਤੇ। ਹੁਣ ਜਿਵੇਂ ਟਿਊਬਵੈੱਲ ਆ, ਬੋਰ ਕਰੀਦਾ, ਮੋਟਰ ਇੰਜਣ ਪਾਣੀ ਨਹੀਂ ਚੁੱਕਦਾ, ਫਿਰ ਉਹਦੇ 'ਚ ਪਾਣੀ ਪਾਈਦਾ, ਫਿਰ ਉਹ ਚੁੱਕਦਾ। ਇਸ ਤਰ੍ਹਾਂ ਬਾਹਰੋਂ ਅੰਮ੍ਰਿਤ ਪਾ ਕੇ ਅੰਦਰਲਾ ਅੰਮ੍ਰਿਤ ਪ੍ਰਵਾਹਿਤ ਕਰਨ ਵਾਸਤੇ ਇਹ ਗੁਰੂ ਮਹਾਰਾਜ ਨੇ ਇਹ ਮਰਜ਼ਾਦਾ ਜਿਹੜੀ ਹੈ ਬਣਾਈ ਹੈ। ਪਰ ਜਿਹਨੇ ਕਿਸੇ ਪਾਸੇ ਲੱਗਣਾ ਨਹੀਂ, ਉਹ ਬਹਾਨੇਬਾਜ਼ੀ ਹੁੰਦੀ ਹੈ ਜਾਂ ਟੁਚਰਾਂ ਕਰੀ ਜਾਣੀ ਆ। ਅਤੇ ਮਹਾਰਾਜ ਕਹਿੰਦੇ ਨਾਮ ਰੂਪੀ ਅੰਮ੍ਰਿਤ ਹੈ, ਹਰੀ ਪਰਮੇਸ਼ਰ ਜਿਹੜਾ ਉਹਦਾ ਨਾਮ ਜਪਣ ਵਾਲੇ ਆ ਨਾ, ਉਹਨਾਂ ਦੇ ਪਾਪਾਂ ਨੂੰ ਹਰੇ ਮੈਨੇ ਹਰ ਦਿੰਦੇ, ਨਾਸ ਕਰ ਦਿੰਦੇ ਹਨ ਅਤੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲ ਜਿਹੜੀ ਪੈਦਾ ਕਰ ਦਿੰਦੇ ਹਨ। ਜਿਹਨੂੰ ਪਰਮੇਸ਼ਰ ਦੇ ਨਾਮ ਦੀ ਪਿਆਸ ਹੈ ਉਹ ਪੀਂਦੇ ਆ, ਦੂਆ ਕਿੱਥੋਂ ਪਿਊ? ਹੁਣ ਝੋਟੇ ਨੂੰ ਵੀ ਲੈ ਜਾਓ ਉੱਥੇ ਤਲਾਅ 'ਤੇ, ਜੇ ਤਾਂ ਪਿਆਸ ਹੋਊ ਨਾ ਫਿਰ ਤਾਂ ਭੱਜਾ ਜਾਓ। ਜੇ ਹੁਣ ਡਾਂਗ ਲੈ ਕੇ ਕਹੀਏ
ਛਿਓ ਛਿਓ ਕਰੀਏ ਪੀਂਦਾ ਉਹ। ਇਸ ਤਰ੍ਹਾਂ ਜਿਹਨਾਂ ਦੇ ਮਨ 'ਚ ਪਿਆਸ ਹੈ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਿਆਈ ਖਾਏ, ਜੇ ਅੰਦਰ ਪਿਆਸ ਹੀ ਹੈ ਨਹੀਂ ਫਿਰ ਅੰਮ੍ਰਿਤ ਕਿਵੇਂ ਪੀਊਗਾ। ਅਤੇ ਜਿਹਨਾਂ ਨੂੰ ਪਿਆਸ ਹੈ ਉਹ ਤਾਂ ਆਪ ਬੇਨਤੀ ਕਰਨਗੇ, ਅਤੇ ਜਿਹੜਾ ਫਿਰ ਦੇਖਾ ਦੇਖੀ ਹੁੰਦਾ ਉੱਥੇ ਜੀ ਕਕਾਰਾ 'ਚ ਫਰੀ ਦਿੱਤੇ ਜਾਣਗੇ। ਵੀ ਫਰੀ ਕਿਵੇਂ ਦਿੱਤੇ ਆ, ਪਹਿਲਾਂ ਵੀ ਕਿਸੇ ਨੇ ਖਰੀਦੇ ਹੀ ਹੋਣਗੇ, ਉਵੇਂ ਤਾਂ ਆਏ ਨਹੀਂ। ਸੋ ਇਸ ਵਾਸਤੇ ਫਿਰ ਉਹਨੂੰ ਲਾਲਚ ਹੁੰਦਾ ਵੀ ਚਲੋ ਦੋ ਕਛਹਿਰੇ ਮੁਫਤ ਮਿਲ ਗਏ, ਸ੍ਰੀ ਸਾਹਿਬ ਮਿਲ ਗਈ, ਕੜਾ ਮਿਲ ਗਿਆ, ਚਲੋ ਫਾਰਮੈਲਿਟੀ ਕਰ ਲੈਂਦੇ ਹਾਂ, ਬਾਅਦ 'ਚ ਵੇਚ ਲਾਂਗੇ, 500-400 ਰੁਪਈਆ ਮਿਲ ਜਾਊਗਾ ਨਾ। ਕਈ ਹੈ ਉਹ ਕਰਦੇ ਆ। ਇੱਥੇ ਉਹ ਇੱਕ ਵਾਰੀ ਆਏ ਸੀ, ਉਹਦੇ ਦੁਆਲੇ ਬੜੀ ਭੀੜ ਭਾੜ ਹੁੰਦੀ ਸੀ, ਲੋਕ ਵੀ ਬਹੁਤ ਆਉਂਦੇ ਹੁੰਦੇ ਸੀ। ਅੱਜ ਕੱਲ੍ਹ ਸਾਡੇ ਲੋਕ ਜਿਹੜੇ ਨੇ ਸਵਾਂਗ ਦੇਖ ਕੇ ਬਹੁਤ ਭੱਜਦੇ ਆ, ਸਵਾਂਗ ਦੇਖ ਪੂਜਤ ਸਭ ਰਾਜਾ। ਸਵਾਂਗ ਦੀ ਪੂਜਾ ਇੱਥੇ ਅਸਲੀਅਤ ਨਹੀਂ ਹੈ, ਜਿਉਂਦੇ ਦੀ ਨਹੀਂ, ਮਰੇ ਦੀ ਮੜੀ ਬਣਾ ਕੇ ਪੂਜਾ ਕਰੀ ਜਾਣੀ, ਜਿਉਂਦੇ ਨੂੰ ਨਹੀਂ ਮੰਨਣਾ ਕਿਸੇ ਨੂੰ। ਇਹ ਹਾਲ ਹੈ ਸਾਡੇ ਦੇਹ ਦਾ। ਉਹ ਅੰਮ੍ਰਿਤ ਛਕਾ ਕੇ ਬਾਅਦ 'ਚ ਗਏ ਅਤੇ ਦੂਏ ਤੀਏ ਦੇ ਨੇ ਸਿਗਰਟਾਂ ਪੀਂਦੇ ਫਿਰਨ। ਇਹ ਦੱਸੋ ਇਹ ਅੰਮ੍ਰਿਤ ਦਾ ਇਹਨੇ ਲੋਕਾਂ ਨੇ ਤਮਾਸ਼ਾ ਬਣਾਇਆ ਹੋਇਆ। ਪਹਿਲਾਂ ਪੂਰੀ ਸੋਧ ਸਧਾਈ ਕਰਨੀ। ਪਹਿਲਾਂ ਹੁੰਦਾ ਸੀ 6-6 ਮਹੀਨੇ ਲੰਗਰ ਦੇ ਭਾਂਡੇ ਮਜਾਉਣੇ, ਫਿਰ ਬਾਣੀ ਕੰਠ ਨਿਤਨੇਮ ਸਵੇਰ ਸ਼ਾਮ ਦਾ, ਫਿਰ ਰਹਿਤ ਮਰਜ਼ਾਦਾ ਰਖਾਉਣੀ। ਦੇਖਿਆ ਵੀ ਹੁਣ ਪਰਪਾ ਕਿਆ ਡੋਲਦਾ ਤਾਂ ਨਹੀਂ, ਫਿਰ ਜਾ ਕੇ ਅੰਮ੍ਰਿਤ ਛਕਾਉਣਾ। ਹੁਣ ਹੁੰਦਾ ਦਸਾਂ, ਅਸੀਂ ਤਾਂ ਜੀ ਐਨਿਆਂ ਨੂੰ ਛਕਾ ਦਿੱਤਾ, ਆਮ ਬੜਾ ਆਉਂਦਾ ਜੀ ਸਾਡੇ ਜੀ 25 ਲੱਖ ਅੰਮ੍ਰਿਤ ਛਕਾਇਆ। ਮੈਂ ਕਿਹਾ ਵੀ ਦੀਦੇ ਤਾਂ ਹੈ ਨਹੀਂ, ਵੀ 25 ਲੱਖ ਕਿੱਥੇ ਆ। ਪਿਛਲੇ ਅੰਮ੍ਰਿਤ ਛਕਾਇਆ ਅਤੇ ਇੰਦਰ ਉਸਲੇ ਬਵਾਣ ਲੈ ਕੇ ਆ ਗਿਆ ਸੀ ਅਤੇ ਉਹਨਾਂ ਨੂੰ ਨਾਲ ਹੀ ਲੈ ਗਿਆ ਸਵਰਗ ਨੂੰ। ਇੱਥੇ ਦੀਦੇ ਕੋਈ ਨਹੀਂ ਲਾਈਦੇ, ਕੋਈ ਨਹੀਂ, ਆ ਸੜਕ 'ਤੇ ਖੜ ਜਾਇਓ, ਕੋਈ ਬਿਰਲਾ ਮਿਲੂਗਾ ਤੁਹਾਨੂੰ ਪਾਗਲਾ। ਜਿਹੋ ਜਿਹਾ ਹਾਲ ਬਣਿਆ ਅਤੇ ਹਰੇਕ ਆਪੋ ਆਪਣੀਆਂ ਡੀਂਗਾਂ ਮਾਰੀ ਜਾਂਦਾ, ਸਾਡੇ ਜੀ 14 ਲੱਖ ਛਕਾਇਆ ਸੀ, ਸਾਡੇ 25 ਲੱਖ ਛਕਾਇਆ ਸੀ। ਉਹ ਛਕਣ ਤੋਂ ਬਾਅਦ ਜਾਂਦੇ ਕਿੱਥੇ ਆ? ਆਟਾ ਤਾਂ ਗੁੱਝੋ, ਲੂਣ ਨਹੀਂ ਨਾ ਗੁੱਝਦਾ, ਇਹ ਲੂਣ ਗੁੰਨਣ ਲੱਗੇ ਹੋਏ ਆ, ਇੰਨਾ ਝੂਠ ਬੋਲਦੇ। ਸੋ ਇਸ ਵਾਸਤੇ ਜਿੱਦਣ ਮਹਾਰਾਜ ਨੇ ਸ੍ਰੀ ਅਨੰਦਪੁਰ ਕੇਸਗੜ੍ਹ ਪ੍ਰੀਖਿਆ ਕੀਤੀ, ਪਹਿਲਾਂ ਤਾਂ 5 ਨਿਕਲੇ ਨਾ 85,000 ਚੋਂ, ਫਿਰ ਗਿਣਤੀ ਦੇ, ਇਹ ਹੁਣ ਬਹੁਤ ਗਾਂ ਨਿਕਲਣਾ ਚਾਹੁੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮਤ ਹੀ ਬਖਸ਼ਿਸ਼ ਕਰਨ। ਹਾਂ, ਅੰਮ੍ਰਿਤ ਉਹ ਪੀਂਦਾ ਜਿਹਨੂੰ ਰਾਮ ਰਮੇ ਹੋਏ ਨੂੰ ਮਿਲਣ ਦੀ ਪਿਆਸ। ਆਲਣ ਟਿੰਡ ਮਾਰਕਾ ਤਾਂ ਸਾਰੇ ਪੀ ਜਾਂਦੇ, ਕਈਆਂ ਨੂੰ ਹੁਣ ਅਨੰਦਪੁਰ ਜਾ ਕੇ ਲੱਜਣੇ ਬਿਠੇ ਕੇ ਆ, ਕਿੱਥੇ ਚਿੱਟਾ ਕਿੱਥੋਂ ਮਿਲਦਾ, ਬੀੜਾ ਕਿੱਥੋਂ ਮਿਲਦਾ, ਉੱਥੇ ਜਾ ਕੇ ਵੀ ਲਾਈਦੇ ਫਿਰਦੇ ਦੁਕਾਨਾਂ। ਇਹ ਸਾਡਾ ਹਾਲ ਬਣਿਆ, ਗੁਰੂ ਘਰ ਜਾ ਕੇ ਵੀ ਅਸੀਂ ਬੁਰਾਈ ਵੱਲ ਤੁਰੇ ਫਿਰਦੇ ਹਾਂ, ਸੱਚਿਆਈ ਵੱਲ ਨਹੀਂ।
ਪਰ ਕੌਣ ਪੀਂਦਾ ਜਿਹਦੇ ਅੰਦਰੇ ਪਿਆਸ ਹੈ। ਹਰ ਆਪ ਦਇਆਲ ਦਇਆ ਕਰ ਮਿਲੈ ਜਿਸ ਸਤਿਗੁਰੂ। ਜਿਹਨੂੰ ਸਤਿਗੁਰੂ ਦਇਆ ਕਰਕੇ ਮਿਲਦੇ ਆ ਨਾ, ਉਹ ਦਇਆ ਸੂ ਮਿਲਦਾ, ਧਰਮ ਸਿੰਘ ਮਿਲਦਾ, ਮੋਹਕਮ ਸਿੰਘ ਮਿਲਦਾ, ਹਿੰਮਤ ਸਿੰਘ ਮਿਲਦਾ, ਸਾਹਿਬ ਸਿੰਘ ਮਿਲਦਾ। ਦਇਆ ਹੋ ਗਈ ਨਾ, ਪਹਿਲਾਂ ਦਇਆ ਆਈ, ਦਇਆ ਤੋਂ ਧਰਮ ਪੈਦਾ ਹੁੰਦਾ, ਧਰਮ ਤੋਂ ਮੋਹਕਮਤਾਈ ਹੁੰਦੀ ਹੈ। ਜਿੱਥੇ ਮੋਹਕਮਤਾਈ ਹੈ ਉੱਥੇ ਹਿੰਮਤ ਹੁੰਦੀ ਹੈ। ਜਿਹੜਾ ਹਿੰਮਤੀ ਬੰਦਾ ਉਹੀ ਸਾਹਿਬੀ ਪੈਦਾ ਕਰਦਾ, ਅਤੇ ਜਿਹੜਾ ਖੁਸਰਾ ਤੇ ਹੀ ਜਿਹੜਾ ਉਹ ਕਿੱਥੋਂ ਪੈਦਾ ਕਰ ਲੂਗਾ। ਅੱਜ ਹੁਣ ਇਹ ਗੱਲਾਂ ਸਾਡੇ 'ਚੋਂ ਲੋਪ ਹੋਈ ਜਾਂਦੀਆਂ ਅਤੇ ਟਾਰਾਂ ਅਸੀਂ ਬਹੁਤ ਬੜਬੜੀਆਂ ਮਾਰਦੇ ਹਾਂ, ਪਰ ਅੰਦਰ ਉਹ ਚੀਜ਼ਾਂ ਹੈ ਨਹੀਂ। ਪਰ ਉਹ ਬਿਰਲੇ ਉਹ ਜਿਹੜੇ ਗੁਰਸਿੱਖ ਸੀਗੇ, ਉਹਨਾਂ ਦੀਆਂ ਕਹਾਣੀਆਂ ਬੜੀਆਂ ਦੂਰ ਦੀਆਂ। ਉਹਨਾਂ ਦਾ ਇਤਿਹਾਸ ਤਾਂ ਪੜ੍ਹੋ, ਕਿਸ ਤਰ੍ਹਾਂ ਦਾ ਇਤਿਹਾਸ ਹੈ ਉਹਨਾਂ ਦਾ। ਸਤਿਗੁਰ ਸੱਚੇ ਪਾਤਸ਼ਾਹ ਦੱਸਦੇ ਹਨ, ਉਹ ਆਪ ਬੜਾ ਦਿਆਲੂ ਹੈ, ਉਹਦੇ ਵਰਗੀ ਦਇਆ ਹੈ ਨਹੀਂ ਕਿਸੇ ਕੋਲ। ਉਹ ਦਇਆ ਕਰ ਰਿਹਾ, ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ। ਉਹ ਤਾਂ ਐਸਾ ਹੈ, ਦਇਆ ਕਰ ਮਿਲੈ ਜਿਸ ਸਤਿਗੁਰੂ। ਜਿਹਤੇ ਦਇਆ ਕਰਕੇ ਸਤਿਗੁਰੂ ਮਿਲ ਲੈਂਦੇ ਨਾ, ਕੌਡੇ ਰਾਜ ਸੱਜਣ ਠੱਗ ਭੂਮੀਏ ਚੋਰ ਲੱਖੂ ਧਾੜਵੀ, ਕਾਇਆ ਕਲਪ ਕਰਦੀ ਕਿ ਨਹੀਂ। ਪੂਰਾ ਗੁਰ ਆਖਿਆ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਨੂੰ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਦੇਖ ਲੈਂਦੇ ਆ ਨਾ, ਉਹਨੂੰ ਉਹ ਸੰਤ ਬਣਾ ਦਿੰਦੇ ਆ। ਐਸੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਕਲਾ, ਐਸਾ ਬਲ, ਐਸੀ ਸ਼ਕਤੀ ਹੈ। ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ। ਉਹ ਜਿਹੜਾ ਜਨ ਅੰਮ੍ਰਿਤ ਰੂਪੀ ਨਾਮ ਨੂੰ ਚਖਾਸੀ ਚੱਖਦਾ। ਹੁਣ ਸੂਰ ਦੇ ਮਰੇ ਤੁਸੀਂ ਬੇਸਣ ਅਤੇ ਜਲੇਬੀਆਂ ਅਤੇ ਚਾਂਦੀ ਦੇ ਬਰਕ ਲਾ ਕੇ ਰੱਖ ਦਿਓ, ਖਾਊਗਾ? ਜਿੱਥੇ ਗਾਂਦਿਆ ਰੂੜੀਆਂ ਉੱਥੇ ਜਾਊਗਾ ਭੱਜੇ। ਸ਼ਰਬਤ ਵੀ ਰੂਹ ਪੇੜਾ ਪਾ ਕੇ ਰੱਖ ਦਿਓ, ਲੈ ਤਾਂ ਸੂਰ ਮੂੰਹ ਲਾ ਜਾਏ, ਜਿੱਥੇ ਸਾਰੇ ਪਿੰਡ ਦਾ ਗੰਦਾ ਪਾਣੀ ਆਊਗਾ ਨਾ, ਜਿਵੇਂ ਨਜ਼ਲੇ ਵਾਲਾ ਪਤਲਾ ਜਿਹਾ ਦਲੀਆ ਪੀਂਦਾ ਹੋਇਆ ਉਹ ਪੀਊਗਾ। ਇਸ ਤਰ੍ਹਾਂ ਜਿਹੜੇ ਮਨਮੁੱਖ ਲੋਕ, ਇਹ ਅੰਮ੍ਰਿਤ ਨੂੰ ਕਿੱਥੋਂ ਲੈ ਸਕਦੇ? ਅੰਮ੍ਰਿਤ ਕੀ ਸਾਰ ਸੋਈ ਜਾਣਾ ਕਾ ਵਪਾਰੀ। ਅੰਮ੍ਰਿਤ ਦਾ ਵਪਾਰੀ ਜਿਹੜਾ, ਉਹ ਅੰਮ੍ਰਿਤ ਦੀ ਸਾਰ ਕਦਰ ਜਾਣਦਾ, ਅਤੇ ਬਾਕੀ ਲੋਕ ਇਹਦੀ ਸਾਰ, ਇਹਦੀ ਵਡਿਆਈ, ਇਹਦੀ ਕਦਰ ਨਹੀਂ। ਜੇ ਅਸੀਂ ਕਦਰ ਕਰਦੇ ਤਾਂ ਅੱਜ ਆ ਸਾਡੀ ਆ ਦੁਰਦਸ਼ਾ ਹੁੰਦੀ ਜਿਹੜੀ ਹੋਣ ਡਈ ਹੈ ਇਸ ਵੇਲੇ। ਕੋਈ ਚਿੱਟਿਆਂ ਦੇ ਧੂਣੇ ਲੈਣ ਡਿਆ, ਕੋਈ ਡੋਡਿਆਂ ਦੇ ਚਮਚੇ ਲਾ ਰਿਹਾ, ਸ਼ਰਾਬਾਂ ਦੇ ਦੌਰ ਅਤੇ ਥਾਂ ਥਾਂ ਠੇਕੇ ਖੁੱਲ੍ਹੇ ਹੋਏ ਆ। ਉਹ ਵਿਆਹ ਸ਼ਾਦੀਆਂ 'ਚ ਜੋ ਦੁਰਦਸ਼ਾ ਹੋਣ ਡਈ ਉਹ ਤੁਸੀਂ ਦੇਖਦੇ ਅੱਖਾਂ ਨਾਲ ਜ਼ਿਆਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਪੜ੍ਹ ਭਾਈ। ਉਹ ਜਾਨ, ਪਹਿਲਾਂ ਤਾਂ ਜਾਨ ਬਣਨਾ ਹੀ ਔਖਾ ਨਾ, ਜਾਨ ਬਣੂਗਾ ਫਿਰ ਇਹ ਅੰਮ੍ਰਿਤ ਰੂਪੀ ਰਸ ਨੂੰ ਚਖੇਗਾ। ਜੋ ਜਨ ਸੇਵਹਿ ਸਾਧ ਸਦਾ ਮੇਰਾ ਹਰ ਹਰੇ। ਮੇਰੇ ਹਰ ਹਰੀ ਨੂੰ ਜਿਹੜੇ ਸਦਾ ਸਦਾ ਸੇਵਦੇ, ਸਦਾ ਸਦਾ
ਉਹਦੀ ਖਿਦਮਤ, ਉਹਦੀ ਸਿਫਤ, ਸਲਾਹ, ਉਹਦੀ ਸੇਵਾ ਕਰਦੇ, ਜਿਵੇਂ ਭਾਈ ਜਗਾ ਜੀ ਕਰਦੇ ਸੀ। ਮਸੰਦ ਥਾਪੇ ਤਾਂ ਸੇਵਾ ਲਈ ਸੀ ਨਾ, ਰਸਤਾ ਹੋਰ ਚੁਣ ਲਿਆ ਸੀ। ਇਹਨਾਂ ਤੋਂ ਫਿਰ ਬਰਦਾਸ਼ਤ ਨਾ ਹੋਵੇ ਭਾਈ ਜਗੇ ਦੀ ਸੇਵਾ, ਬੜੀ ਈਰਖਾ ਕਰਿਆ ਕਰਨ, ਤੂੰ ਕੱਲ੍ਹ ਆਇਆ ਮੋਹਰੇ ਮਰੈਲੀ ਬਣ ਕੇ ਬਹਿ ਗਿਆ, ਉਹ ਨਿਸ਼ਕਾਮ ਸੀ। ਅਤੇ ਮਹਾਰਾਜ ਜਾਣੀ ਜਾਣਦਾ ਸੰਪਾਤਸ਼ਾਹ, ਕਹਿੰਦੇ ਭਾਈ ਜਗਾ ਰਾਤ ਕੀ ਚਰਚਾ ਹੁੰਦੀ ਸੀ? ਕਹਿੰਦੇ ਮਹਾਰਾਜ ਆਪ ਜਾਣਦੇ ਹੀ ਆ, ਅੰਤਰਜਾਮੀ ਆ, ਤੁਹਾਤੋਂ ਅਸੀਂ ਕਿਹੜੀ ਗੱਲ ਕੋ ਸਕਦੇ ਹਾਂ। ਮਹਾਰਾਜ ਨੇ ਬੁਲਾ ਲਿਆ, ਕਰ ਲਿਆ ਇਕੱਠੇ ਸਾਰੇ, ਕੜਾਹਾ ਪਾਣੀ ਦਾ ਭਰਾ ਲਿਆ, ਵਿੱਚ ਪਤਾਸੇ ਪਵਾ ਤੇ, ਪੱਥਰ ਦੀਆਂ ਗੀਟੀਆਂ ਪਵਾ ਤੀਆਂ, ਪਤਾਸੇ ਦਾ ਘੁਲ ਕੇ ਪਾਣੀ ਦਾ ਰੂਪ ਹੋ ਗਿਆ, ਮਿਠਾਸ ਛੱਡ ਗਿਆ। ਕਹਿੰਦੇ ਵੀ ਲਿਆਓ ਪਤਾਸੇ ਕੱਢ ਗਏ, ਮਹਾਰਾਜ ਪਤਾਸੇ ਹੁਣ ਕਿੱਥੋਂ ਲੱਜਣੇ ਆ? ਉਹਦਾ ਪਾਣੀ ਜਿਖੁਰ ਕੇ ਪਾਣੀ ਦਾ ਰੂਪ ਹੋ ਗਿਆ ਅਤੇ ਪੱਥਰ ਲਿਆਂਦੇ। ਕਹਿੰਦੇ ਭਾਈ ਜੱਗੇ ਦੀ ਬਿਰਤੀ ਤਾਂ ਪਤਾਸੇ ਵਾਲੀ ਆ, ਇਹ ਸੇਵਾ ਕਰ ਕਰਕੇ ਗੁਰੂ ਦੇ ਵਿੱਚ ਭੇਦ ਹੋ ਗਿਆ, ਅਤੇ ਮਸੰਦੋ ਤੁਹਾਡੀ ਬਿਰਤੀ ਜਿਹੜੀ ਪੱਥਰ ਵਾਲੀ ਆ। ਹੁਣ ਪੱਥਰ ਪੱਥਰ ਭਾਵੇਂ ਸਦੀਆਂ ਪਰ ਪਾਣੀ 'ਚ ਪਿਆ ਰਿਹਾ, ਹੁਣ ਪੱਥਰ ਦਾ ਪੱਥਰ ਹੀ ਰਹਿਣਾ। ਬਹੁਤੇ ਲੋਕਾਂ ਦਾ ਹਾਲ ਇਹ ਹੀ ਹੈ, 556 ਸਾਲ ਧੰਨ ਗੁਰੂ ਨਾਨਕ ਅਵਤਾਰ ਧਾਰਿਆਂ ਹੋਏ ਅਤੇ ਗੁਰੂਆਂ ਨੇ ਸਾਡੇ ਲਈ ਕਿੰਨਾ ਖੂਨ ਡੋਲਿਆ, ਪਿਤਾ ਪੁੱਤਰ ਪਰਿਵਾਰ ਮਾਤਾ ਬੇਅੰਤ ਪ੍ਰਾਣਾਂ ਨੂੰ ਪਿਆਰੇ ਗੁਰਸਿੱਖ ਸ਼ਹੀਦ ਕਰਾਏ, ਸਾਡੇ 'ਤੇ ਕਾਣੀ ਕੌਡੀ ਅਸਰ ਪਿਆ, ਗੁਰੂ ਘਰ ਦੇ ਉੱਤੇ ਭਰੋਸਾ ਨਹੀਂ ਰਿਹਾ, 5 ਪੀਰੀਏ ਬਣੇ, ਕੋਈ ਕਿੱਧਰ ਦੌੜਾ ਫਿਰਦਾ, ਕਿੱਧਰ ਦੌੜਾ ਫਿਰਦਾ, ਪਰ ਜਿੱਧਰੋਂ ਖਾਣ ਨੂੰ ਮਿਲ ਗਿਆ ਉੱਧਰ ਨੂੰ ਤੁਰ ਪੈਣਾ। ਪਰ ਜਿਹੜੇ ਗੁਰਸਿੱਖ ਆ ਉਹਨਾਂ ਦਾ ਕੋਈ ਉਸੂਲ ਹੁੰਦਾ, ਕੋਈ ਮਰਯਾਦਾ ਹੁੰਦੀ ਹੈ। ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ, ਮੇਰਾ ਜਿਹੜਾ ਹਰੀ ਹਰਿਆ ਨਾ ਉਹ ਜਨ ਸਦ ਸਦਾ ਹਮੇਸ਼ਾ ਹਮੇਸ਼ਾ ਗੁਰੂ ਘਰ ਦੀ ਪਰਮੇਸ਼ਰ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਦੇ ਹਨ। ਉਹਨਾਂ ਦੇ ਦੁੱਖ ਵੀ ਚੱਲ ਜਾਂਦੇ ਆ, ਭਰਮ ਵੀ ਨਾਸ ਹੋ ਜਾਂਦਾ, ਭੌ ਡਰ ਜਿਹੜਾ ਉਹ ਵੀ ਪ੍ਰਹਲਾਦ ਵਾਂਗੂ ਦੂਰ ਹੋ ਜਾਂਦਾ। ਭਾਈ ਮਨੀ ਸਿੰਘ ਬੰਦ ਬੰਦ ਕੱਟਿਆ, ਤਾਰੂ ਸਿੰਘ ਖੋਪਰੀ ਲਾਈ ਹੈ, ਕੋਈ ਡਰ ਆਇਆ ਪਿਆ ਹੋਊਗਾ, ਆਨੰਦ ਸਰੂਪ 'ਚ ਬੈਠੇ ਹਨ। ਜਨ ਨਾਨਕ ਨਾਮ ਲਏ ਤਾਂ ਜੀਵੈ, ਕਿਉਂਕਿ ਉਹਨਾਂ ਦਾ ਆਧਾਰ ਪਰਮੇਸ਼ਰ ਦਾ ਨਾਮ ਬਣ ਗਿਆ। ਨਾਮ ਲੈਣ ਵਿੱਚ ਜ਼ਿੰਦਗੀ ਹੈ, ਜਦੋਂ ਨਾਮ ਨੂੰ ਟੁੱਟ ਜਾਂਦੇ ਹਨ ਤਾਂ ਮੌਤ ਆ। ਹੁਣ ਮਾਤਾ ਜੀ ਜਦੋਂ ਮਹਾਰਾਜ ਆਏ ਉਦਾਸੀ ਕਰਕੇ ਗਏ ਮਿਲਣ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਮਹਾਰਾਜ ਬਚਨ, ਮਹਾਰਾਜ ਚੁੱਪ, ਕਹਿੰਦੇ ਬਚਨ ਕਰੋ ਕਿੰਨੇ ਚਿਰਾਂ ਬਾਅਦ ਆ? ਕਹਿੰਦੇ ਮਾਤਾ ਜੀ ਟਾਈਮ ਨਹੀਂ। ਕਹਿੰਦੇ ਕੀ ਗੱਲ? ਕਹਿੰਦੇ ਆਖਾਂ ਜੀਵਾਂ ਬਿਸਰੈ ਮਰ ਜਾਓ, ਪਰ ਮਾਤਾ ਜੀ ਗੱਲ ਇਹ ਆ ਨਾ, ਆਖਣ ਔਖਾ ਆ ਗੱਲਾਂ ਤਾਂ ਸਾਰ ਦਿਨ ਕਦੀ ਪੁੜ ਪੜੀ ਪਾਠ ਕਰਦੇ ਖੁਸ਼ਕੀ ਨਹੀਂ ਹੁੰਦੀ, ਅਤੇ ਜੇ ਭਜਨ ਕਰਨ ਬਹਾਲ ਦਈਏ 10 ਮਿੰਟ ਨਹੀਂ ਵਿਆਹ ਹੁੰਦਾ। ਅਸਲ ਮੈਂ 'ਚ ਜਾ ਕੇ ਉੱਥੇ ਗੰਦੀਆਂ ਫਿਲਮਾਂ ਦੇਖਣੀਆਂ, ਗੰਦੇ ਗੀਤ ਸੁਣਨੇ, ਪੈਸੇ ਦੇ ਕੇ ਜਾਣਾ, ਟੇਕਿਆਂ 'ਤੇ ਜਾ ਬਹਿੰਦੇ, ਕਲੱਬਾਂ ਪੱਬਾਂ ਨਕਲਾਂ ਰਾਸਾਂ ਬੁਜਰਿਆਂ 'ਚ ਡਾਂਸ ਘਰਾਂ 'ਚ ਤੁਰੇ ਫਿਰਦੇ ਆ, ਅਤੇ ਜੇ ਕਿ ਜੇ ਗੁਰੂ ਘਰ 'ਚ ਆ ਕਥਾ ਵਾਰਤਾ ਹੁੰਦੀ ਹੈ ਨਾ, ਬਹੁਤ ਔਖਾ ਆ।
ਕਿ ਗੁਰੂ ਦੀ ਗੱਲ ਸੁਣਨੀ। ਜਿਵੇਂ ਪੁੱਛੀਏ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਪਿਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋ ਰਹੀ ਹੈ, ਇੱਥੇ ਤਾਂ ਮਨ ਨਹੀਂ ਲੱਗਦਾ ਤੁਹਾਡਾ, ਫਿਰ ਗੁਰੂ ਕਿਵੇਂ ਹੋਇਆ? ਅਤੇ ਜੇ ਅਸੀਂ ਗੁਰੂ ਵਾਲੇ ਹੋਈਏ ਫਿਰ ਤਾਂ ਗੁਰੂ ਦੀ ਗੱਲ ਚੱਲਦੀ ਹੋਵੇ, ਫਿਰ ਤਾਂ ਬੰਦਾ ਉੱਥੋਂ ਉੱਠ ਹੀ ਨਹੀਂ ਸਕਦਾ। ਪਰ ਉਹ ਕਹਿਣ ਮਾਤਰ ਬਣ ਗਿਆ, ਅੰਦਰ ਨਹੀਂ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਹਾਂ, ਸਾਹਮਣੇ ਸਾਹਮਣੇ ਤਾਂ ਬਹਿਣਾ ਹੀ ਨਹੀਂ ਨਾ, ਬਸ ਚੋਰਾਂ ਵਾਂਗ ਮੱਥਾ ਟੇਕ ਕੇ ਖਿਸਕਣ ਦੀ ਕਰਨੀ ਆ, ਵੀ ਗੁਰੂ ਮੱਥੇ ਨਾ ਲੱਗ ਜਾਏ, ਅਸੀਂ ਗੁਰੂ ਦੇ ਮੱਥੇ ਨਾ ਲੱਗ ਜਾਈਏ ਫਟਾਫਟ। ਅੰਦਰ ਸ਼ਰਧਾ ਨਹੀਂ, ਭਗਤੀ ਨਹੀਂ, ਪ੍ਰੇਮ ਨਹੀਂ, ਇਹ ਸਾਡਾ ਇਸ ਤਰ੍ਹਾਂ ਦਾ, ਫਿਰ ਆ ਕੇ ਮਾਲੇ ਲੱਜਣਗੇ ਫਿਰ ਢੱਕਣ ਨੂੰ। ਅਤੇ ਉੱਥੋਂ ਡੇੜੀ ਤੋਂ ਗੁਰਦੁਆਰੇ ਤਾਈਂ ਰਮਾਲੇ ਦਾ ਬਹੁਤ ਭਾਰ ਆ, ਜਿਵੇਂ ਕੋਈ ਪੰਡ ਚੱਕ ਲਈਏ, ਬਸ ਇੱਥੋਂ ਨਿਕਲੇ ਦਰਵਾਜ਼ੋਂ ਉਹ ਰਮਾਲੀ ਜੀ ਲਾ ਕੇ ਪਰੇ ਮਾਰਨਗੇ। ਇਹ ਸਾਡਾ ਹਾਲ ਹੋਇਆ ਹੋਇਆ, ਕਹੋਨੇ ਅਸੀਂ ਬਹੁਤ ਵੱਡੇ ਸਿੱਖ ਹਾਂ, ਸਾਡੇ ਵਰਗਾ ਤਾਂ ਸਿੱਖ ਹੈ ਕੋਈ ਨਹੀਂ। ਸਾਡੀ ਹਾਲਤ ਐਸੀ ਤਰਸਯੋਗ ਬਣੀ ਹੋਈ ਹੈ, ਪਾਤਸ਼ਾਹ ਦੱਸ ਰਹੇ ਹਨ ਹਾਂ ਜਨਾਂ ਦੀ ਗੱਲ ਕਰਦੇ ਆ, ਜਨ ਕਿਹੋ ਜਿਹਾ? ਕਹਿੰਦੇ ਨਾਮ ਲਏ ਤਾਂ ਜੀਵਾਂ। ਕੱਜ ਇੱਕ ਪ੍ਰੇਮੀ ਆਇਆ, ਮਜ਼ਦੂਰੀ ਕਰਦਾ ਉਹ, ਅੱਛਾ ਬੜਾ ਉਹਨੂੰ ਨੌਲੇਜ ਹੈ। ਉਹ ਕਹਿੰਦਾ ਜੀ ਫਲਾਨੇ ਗਿਆਨੀ ਧਿਆਨੀ ਕਥਾ ਸੁਣੀ ਆ, ਅਤੇ ਉਹ ਆਹ ਗੱਲਾਂ ਕਰਦੇ। ਮੈਂ ਕਿਹਾ ਤੂੰ ਉਹਦੀ ਸੁਣਿਆ ਨਾ ਕਰ, ਅੱਜ ਕੱਲ੍ਹ ਇਹੋ ਜਿਹਾ ਚੁੰਚ ਗਿਆਨੀ ਆ, ਜੱਗ ਕਊਆ ਮੁੱਖ ਚੁੰਚ ਗਿਆਨ, ਨਿੰਦਿਆ ਕਰ ਕਰ ਲੋਕਾਂ ਨੂੰ ਸ਼ਰਧਾ ਕਰੀ ਜਾਂਦੇ ਆ, ਆਪਣੇ ਪੱਲੇ ਸ਼ਰਧਾ ਰੱਖੀ ਨਹੀਂ, ਵੀ ਦੂਆਂ ਦੇ ਪੱਲੇ ਰਹਿਣ ਦੇਣੇ ਨਹੀਂ, ਇਹੋ ਜਿਹਾ ਬਹੁਤ ਜੰਮ ਪਿਆ। ਆਪਣੇ ਉਹ ਕਹਾਉਂਦੇ ਬਹੁਤ ਵੱਡੇ, ਸਾਡੇ ਲੋਕ ਵੀ ਪੂਜਾ ਵੀ ਚੰਗੀ ਦਿੰਦੇ ਆ, ਇਹੋ ਜਿਹੀਆਂ ਲਿਚਕੜੀਚੀਆਂ ਸੁਣ ਕੇ ਖੁਸ਼ ਬੜੇ ਹੁੰਦੇ ਆ ਜਿਹੜੇ ਇੱਧਰ ਪੁੱਠੀਆਂ ਗੱਲਾਂ ਕਰਦੇ ਆ। ਅਤੇ ਮੈਂ ਕਿਹਾ ਦੇਖੋ ਹੈ ਸਹਿਜਧਾਰੀ, ਇਹਦੀ ਸ਼ਰਧਾ ਕਿੰਨੀ ਹੈ, ਅਤੇ ਇਹ ਲੋਕ ਕਿਸ ਤਰ੍ਹਾਂ ਅਗਲੇ ਦੀ ਸ਼ਰਧਾ ਨੂੰ ਤੋੜ ਮਰੋੜ ਰਹੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੱਸ ਦਿਓ ਨਾ ਪ੍ਰੇਮੀਆਂ ਦੇ ਲੱਛਣ ਹਰੀ ਦੇ ਜਨਾਂ ਦੇ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਹਾਂਜੀ, ਉਹ ਜਿਹੜੇ ਜਨ ਆ ਉਹ ਤਾਂ ਨਾਮ ਲੈਣ ਤਾਂ ਜਿੰਦੇ ਆ, ਜਿਵੇਂ ਉਹ ਕਿਸੇ ਨੂੰ ਮਜ਼ਦੂਰ ਚਾਹੀਦਾ ਸੀ ਨਾ, ਉਹ ਗੁਰਸਿੱਖ ਸੀ, ਕਹਿੰਦਾ ਇੰਨਾ ਮਜ਼ਦੂਰੀ ਪਰ ਕਰਾਂਗਾ ਤਾਂ ਰਾਸਤੇ 'ਚ ਗੱਲ ਨਹੀਂ ਕਰਨੀ, ਜਾਂ ਤੂੰ ਸੁਣਾਈ ਰੱਬ ਦੀਆਂ ਜਾਂ ਮੈਂ ਚਲੇ ਗਏ। ਉਹ ਕਹਿੰਦਾ ਵੀ ਲੈ ਮਜ਼ਦੂਰੀ, ਉਹ ਕਹਿੰਦੇ ਪ੍ਰੇਮੀਆਂ ਤੇਰੀ ਅੱਜ ਇਹ ਸੰਗਤ ਹੈ, ਅਤੇ ਮੈਂ ਵੀ 8 ਮਹੀਨੇ ਦਿਨ ਚਲੇ ਜਾਣਾ ਸੱਚਖੰਡ, ਤੂੰ ਵੀ ਧਰਮ ਰਾਜ ਪੁੱਛੂਗਾ ਵੀ ਪਹਿਲਾਂ ਸੱਚਖੰਡ ਕਿ ਪਹਿਲਾਂ ਨਰਖੰਡ, ਤੈਂ ਚੰਗਾ ਕੰਮ ਤਾਂ ਕੀਤਾ ਨਹੀਂ ਜਾਂਦੀ ਕੋਈ, ਤੂੰ ਕਹੀਂ ਵੀ ਪਹਿਲਾਂ ਦੇ ਦਿਓ ਅਤੇ ਮੈਂ ਉੱਥੇ ਹੋ ਤੈਨੂੰ ਸੰਭਾਲ ਲੂੰ। ਸੋ ਇਸ ਕਰਕੇ ਆ ਜਿਹੜਾ ਇਹ ਕਰੀ ਆਦੀ ਕਰੀ ਆਦੀ ਹੁਫੁਨਾਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ, ਸੋ ਸੰਗਤ ਵਿੱਚ ਆਉਣ ਦਾ ਇਹ ਫਲ ਹੈ। ਸੋ ਮਹਾਰਾਜ ਕਹਿੰਦੇ ਆ ਉਹ ਹਰੀ ਦੇ ਜਨ ਨਾਮ ਦੀ ਗੱਲ ਸੁਣਦੇ ਆ ਜਾਂ ਸੁਣਾਉਂਦੇ ਆ, ਉਹਨਾਂ ਕੋਲ ਸਮਾਂ ਹੀ ਹੈ ਨਹੀਂ ਵਾਧੂ ਘਾਟੂ ਗੱਲਾਂ ਕਰਨ ਦਾ,
ਇਹਦੇ ਜਿਹੜੇ ਵਿਹਲੜ ਲੋਕ ਆ, ਜੱਕੜ ਮਾਰਦੇ ਆ ਇੱਧਰ ਉੱਧਰ ਦੇ, ਜਿਹੜੇ ਭਜਨ ਕਰਨ ਵਾਲੇ ਲੋਕ ਜਿਨ੍ਹਾਂ ਨੂੰ ਕੋਈ ਬਾਣੀ ਦਾ ਨਾਮ ਦਾ ਰਸ ਆਇਆ, ਉਹ ਆਪਣੇ ਸਮੇਂ ਨੂੰ ਵੰਡਿਆ ਹੁੰਦਾ, ਇੰਨੇ ਵਜੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਨਾਮ ਅਭਿਆਸ ਕਰਨਾ, ਮਹਾਰਾਜ ਦਰਸ਼ਨ ਕਰਨੇ, ਸੰਗਤ ਦੀ ਸੇਵਾ ਕਰਨੀ, ਸਵੇਰੇ ਸ਼ਾਮ ਕਥਾ ਕੀਰਤਨ ਸੁਣਨਾ, ਨਾ ਹੋਵੇ ਚੰਗੇ ਗ੍ਰੰਥ ਰੱਖਣੇ, ਘਰ ਰਹਿ ਕੇ ਪੜ੍ਹਨਾ, ਵਿਚਾਰ ਸੁਣਨੇ, ਸੋਏ ਸਵਾਸ 'ਤੇ ਉਹਨੇ ਆਪਣਾ ਟਾਈਮ ਟੇਬਲ ਬਣਾਇਆ ਹੁੰਦਾ। ਜਿਹੜੇ ਖੁੱਲ੍ਹੇ ਖੁਲਾਸੇ ਲੋਕ ਆ, ਇਹਨਾਂ ਦਾ ਟਾਈਮ ਟੇਬਲ ਤਾਂ ਹੈ ਹੀ ਕੋਈ ਨਹੀਂ, ਨਾ ਖਾਣ ਦਾ, ਨਾ ਪੀਣ ਦਾ, ਨਾ ਬਹਿਣ ਦਾ, ਨਾ ਸੌਣ ਦਾ, ਨਾ ਜਾਗਣ ਦਾ, ਸਾਰਾ ਹੀ ਕੰਮ ਅਗੜ ਦੁਗੜਾ ਹੁੰਦਾ। ਉਹ ਜਿਵੇਂ ਧਾਗਾ ਉਲਝ ਜਾਇਆ ਨਾ, ਫਿਰ ਉਹ ਕੱਢਣਾ ਔਖਾ ਬਹੁਤ ਹੁੰਦਾ। ਇੰਨਾ ਜੀਵ ਬੰਦੇ ਦਾ ਜੀਵਨ ਉਲਝਣ 'ਚ ਉਲਝਿਆ ਪਿਆ, ਉਹਨਾਂ ਨੂੰ ਹੁਣ ਪਤਾ ਨਹੀਂ ਲੱਗਦਾ ਜਾਣਾ ਕਿਹਨੂੰ। ਆਉਂਦੇ ਇਹੋ ਜਿਹੇ ਬਹੁਤ, ਨਸ਼ੇ ਖਾ ਖਾ ਕੇ ਕਰਕੇ ਪਏ ਆ, ਪਤਾ ਨਹੀਂ ਵੀ ਜ਼ਿੰਦਗੀ ਦਾ ਏਮ ਕੀ ਆ, ਨਿਸ਼ਾਨਾ ਕੀ ਹੈ। ਬਸ ਟਰੱਕ ਚੱਲਿਆ ਪਿੰਡੋਂ, ਹੋਲਾ ਮਹੱਲਾ ਦੇਖ ਆਈਏ। ਹੋਲਾ ਮਹੱਲਾ ਜਿਹਦਾ ਦੇਖਣ ਜਾਣਾ, ਪਹਿਲਾਂ ਬਾਣੀ ਤੋਂ ਕੋਈ ਸਿੱਖਿਆ, ਕਿਸੇ ਸਾਧੂ ਸੰਤ ਦੀ ਸੰਗਤ ਕਰਕੇ, ਫਿਰ ਮਰਿਆਦਾ ਪੂਰਵਕ ਕਰੀਏ, ਫਿਰ ਤਾਂ ਕੋਈ ਲਾਭ ਮਿਲ ਜੂ। ਨਹੀਂ ਤਾਂ ਜੇ ਇਹੋ ਜਿਹਾ ਗਏ ਸੀ, ਮੁੜ ਕੇ ਉਹੋ ਜਿਹਾ ਫਿਰ ਮੁੜ ਆਉਂਦੇ ਆ। ਸੋ ਮਹਾਰਾਜ ਕਹਿੰਦੇ ਜਿਹੜੇ ਹਰੀ ਦੇ ਜਾਣੇ ਆ, ਉਹਨਾਂ ਦੀ ਸੁਰਤੀ ਵਿਰਤੀ ਪਰਮੇਸ਼ਰ ਦੇ ਨਾਮ ਨਾਲ ਜੁੜੀ ਰਹਿੰਦੀ ਹੈ। ਜਿਵੇਂ ਚਾਤਰਕ ਪਪੀਹਾ ਮੀਂਹ ਕਿੰਨਾ ਪਵੇ, ਜਦੋਂ ਸਵੰਤੀ ਬੂੰਦ ਡਿੱਗਦੀ ਨਾ, ਪੀ ਕੇ ਤ੍ਰਿਪਤ ਹੋ ਜਾਂਦਾ ਸਾਲ, ਪਿਤਾਨੰਦ ਸਰੂਪ 'ਚ ਹੋ ਜਾਂਦਾ। ਇਸ ਤਰ੍ਹਾਂ ਨਾਮ ਰੂਪੀ, ਅੰਮ੍ਰਿਤ ਰੂਪੀ, ਗੁਰੂ ਦੇ ਉਪਦੇਸ਼ ਰੂਪੀ ਅੰਮ੍ਰਿਤ ਸਵੰਤੀ ਬੂੰਦ ਪੀਣ ਵਾਸਤੇ ਚਾਤਰਕ ਪਪੀਹੇ ਵਾਲੀ ਪਿਆਸ ਉਹਨਾਂ ਦੇ ਮਨ 'ਚ ਪੈਦਾ ਹੋ ਜਾਂਦੀ ਹੈ। ਇਹ ਪਵਿੱਤਰ ਬਾਣੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਆਪ ਜੀ ਨੇ ਗੁਰ ਸ਼ਬਦ ਦੀ ਵਿਚਾਰ ਸਰਵਣ ਕੀਤੀ ਹੈ। ਹੋਲੇ ਮਹੱਲੇ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਜੋ ਕੁਝ ਵਿਚਾਰਾਂ ਬਾਣੀ ਇਤਿਹਾਸ ਦੁਆਰਾ ਸੇਧਾਂ ਦਿੱਤੀਆਂ, ਉਹ ਵੀ ਜਿਨ੍ਹਾਂ ਨੂੰ ਸੁਣਿਆ ਸੁਣ ਕੇ ਮੰਨਣਗੇ ਲਾਹਾ ਹੋਏਗਾ। ਜਿਹੜੇ ਗਾਹਾਂ ਟੇਪ 'ਤੇ ਸੁਣ ਲੈਣਗੇ ਉਹਨਾਂ ਨੂੰ ਵੀ ਪਤਾ ਲੱਗ ਜੂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਵੀ, ਸਾਰੇ ਸੇਵਾਦਾਰਾਂ ਦਾ ਵੀ। ਮਹਾਰਾਜ ਸਾਡੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਰਲ ਮਿਲ ਕੇ ਆਪਾਂ ਗੁਰ ਸ਼ਬਦ ਦੀ ਵਿਚਾਰ ਕੀਤੀ ਸੁਣੀ ਹੈ, ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਨਿਵਾਸ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਔਰ ਹੋਲੇ ਮਹੱਲੇ 'ਤੇ ਜਾ ਕੇ ਇਹ ਵੀ ਸਿੱਖਿਆ ਲੈ ਕੇ ਆਇਓ, ਜਿਹੜਾ ਆਪੋ ਆਪਣੀਆਂ ਡੋਗਡੀਆਂ ਖੜਕਾਉਂਦੇ ਨਾ, ਇਹ ਛੱਡ ਦਿਓ, ਅਤੇ ਆਪਸ ਵਿੱਚ ਏਕਤਾ ਪਿਆਰ ਵਾਲਾ ਵਾਤਾਵਰਨ ਬਣਾਓ, ਅਤੇ ਗੁਰੂ ਮਹਾਰਾਜ ਦੀ ਆਸ਼ੀਰਵਾਦ ਲੈ ਕੇ ਆਓ। ਔਰ ਕੇਸਗੜ੍ਹ ਸਾਹਿਬ ਤਖ਼ਤ 'ਤੇ ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਬਾਟੇ ਵੀ ਤਿਆਰ ਹੋਣੇ ਆ, ਜਿਨ੍ਹਾਂ ਦੇ ਭਾਗ ਜਾਗਦੇ ਆ, ਵੱਧ ਤੋਂ ਵੱਧ ਅੰਮ੍ਰਿਤ ਦੀਆਂ ਪਵਿੱਤਰ ਦਾਤਾਂ ਪ੍ਰਾਪਤ ਕਰਕੇ ਉੱਥੇ ਨਗੁਰਾ ਆਪਣਾ ਛੱਡ ਕੇ ਗੁਰੂ ਵਾਲੇ ਬਣ ਕੇ ਆਇਓ, ਨਸ਼ੇ ਛੱਡ ਕੇ ਆਇਓ, ਫੈਸ਼ਨ ਭੈੜੀਆਂ ਆਦਤਾਂ ਛੱਡ ਕੇ ਆਇਓ, ਫਿਰ ਮਹਾਰਾਜ ਦੀ ਖੁਸ਼ੀ ਮਾਤਾ ਸਾਹਿਬ ਕੌਰ ਜੀ ਦੀ ਯਾਤਰਾ ਸਫਲ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।